ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸ਼ਾਦ ਵਾਹਿਗੁਰੂ। ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਪਰਮ ਸਤਿਕਾਰ ਯੋਗ ਗੁਰੂ ਰੂਪ ਸਾਧ ਸੰਗਤ ਜੀ ਤੇ ਅਸਟੇਜ ਤੇ ਬਿਰਾਜਮਾਨ ਸੰਤ ਮਹਾਂਪੁਰਸ਼ ਉਹਨਾਂ ਦੇ ਚਰਨਾਂ ਨੂੰ ਅਸੀਂ ਵਾਰ ਵਾਰ ਦੰਡਵਤ ਕਰਦੇ ਹਾਂ। ਆਓ ਇੱਕ ਵਾਰਾਂ ਅਸੀਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਨ ਆਇਆ ਜਹ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹੈ ਸੁਭਾਉ, ਜਨ ਕੈ ਸੰਗ ਚਿਤ ਆਵੈ ਨਾਉ। ਧੰਨ ਧੰਨ ਪੂਜ੍ਯ ਸ਼੍ਰੋਮਣੀ ਬਿਰਖਤ 108 ਸੰਤ ਮਹਾਰਾਜ ਦਲੇਲ ਸਿੰਘ ਜੀ ਮਹਾਰਾਜ, ਉਹਨਾਂ ਦੀ ਕਿਰਪਾ ਦੇ ਪਾਤਰ ਸ਼੍ਰੀਮਾਨ ਸੰਤ ਬਾਬਾ ਰਜਿੰਦਰ ਸਿੰਘ ਮੋਨੀ, ਜੋ ਆਪ ਜਿੰਨੀਆਂ ਸੰਗਤਾਂ ਇਕੱਤਰ ਹੋਈਆਂ ਨੇ ਉਹਨਾਂ ਦੇ ਕਿਰਪਾ ਕਰਕੇ ਹੋਈਆਂ ਨੇ, ਅਤੇ ਇਸ ਅਸਥਾਨ ਦੇ ਵਿੱਚ ਉਹ ਚੀਜ਼ ਮਿਲਦੀ ਹੈ ਜਿੱਥੋਂ ਇਨਸਾਨ ਨੂੰ ਕੋਈ ਜਗ੍ਹਾ ਦੇ ਵਿੱਚ ਨਹੀਂ ਮਿਲਦੀ, ਅਤੇ ਨਾ ਕਿਸੇ ਜਗਿਆਸੂ ਨੂੰ ਨਹੀਂ ਪਤਾ ਹੈ। ਇਹ ਹੀਰਾ ਦਾ ਵਪਾਰ ਹੈ, ਹੀਰਾ ਇੱਥੇ ਵਿਕਦਾ ਹੈ, ਅਤੇ ਜੇ ਕੋਈ ਪਰਮਾਤਮਾ ਦਾ ਦਰਸ਼ਨ ਕਰਨਾ ਚਾਹੇ, ਕੋਈ ਆਖੇ ਕਿ ਮੇਰੇ ਮਨ ਦੇ ਵਿੱਚ ਤੜਫ ਹੈ ਪਰਮਾਤਮਾ ਦੀ ਮਿਲਣ ਦੀ, ਕੋਈ ਆਖੇ ਕਿ ਮੈਨੂੰ ਆਤਮਾ ਦੀ ਸਾਕਸ਼ਾਤਕਾਰ ਕਰਾਓ, ਕੋਈ ਆਖੇ ਕਿ ਮੈਂ ਪਰਮਾਤਮਾ ਦੇ ਨਜ਼ਦੀਕ ਹੋਵਾਂ, ਉਹ ਸ਼੍ਰੀਮਾਨ ਸੰਤ ਰਜਿੰਦਰ ਸਿੰਘ ਮੋਨੀ ਉਹਨਾਂ 'ਤੇ ਜਗਿਆਸੂ 'ਤੇ ਕਿਰਪਾ ਕਰਦੇ ਨੇ। ਹਰ ਵੇਲੇ ਸਿਮਰਨ ਕਰਨਾ ਅਤੇ ਸਿਮਰਨ ਕਰਾਉਣਾ ਇਹ ਕੰਮ ਸਾਧੂਆਂ ਦਾ। ਅਕਸਰ ਜੀਵਨ ਦੇ ਵਿੱਚ ਸਾਡਾ ਅਕਸ਼ ਲਾਸ਼ ਤਾਂ ਇਹੀ ਹੈ ਕਿ ਵੀ ਇਹ ਜਿਹੜਾ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ, ਕਿਸੇ ਨਾ ਕਿਸੇ ਯਤਨ ਕਰਕੇ ਕੋਈ ਮਹਾਂਪੁਰਸ਼ਾਂ ਦੇ ਚਰਨੀ ਲੱਗ ਕੇ ਇਹ ਜੀਵਨ ਸਾਡਾ ਸਫਲ ਹੋ ਜਾਵੇ, ਅਤੇ ਇਸ ਜੀਵਨ ਦੇ ਵਿੱਚ ਅਸੀਂ ਪਰਮਾਤਮਾ ਦੇ ਦਰਸ਼ਨ ਕਰ ਸਕੀਏ। ਕਿਉਂਕਿ ਇਹ ਜੀਵਨ ਬਹੁਤ ਹੀ ਅਮੋਲਕ ਹੈ, ਇਹ ਸਾਡੇ ਮਨ ਦੇ ਮਗਰ ਲੱਗ ਕੇ, ਜਿੰਨਾ ਅਸੀਂ ਮਨ ਦੇ ਮਗਰ ਲੱਗੇ ਹਾਂ ਉਹਨਾਂ ਸਾਨੂੰ ਦੁੱਖ ਹੈ, ਅਤੇ ਉਹਨਾਂ ਸਾਨੂੰ ਪਰਮਾਤਮਾ ਤੋਂ ਵਿਛੋੜਾ ਪੈ ਰਿਹਾ ਹੈ। ਅਤੇ ਹਰ ਵੇਲੇ ਮੋਨੀ ਜੀ ਦਾ ਇਹੀ ਆਸਤਕਤ ਰਹਿੰਦੀ ਹੈ, ਇਹੀ ਆਸਾ ਹੈ ਕਿ ਸਾਰੀ ਸੰਗਤ ਆ ਕੇ ਇਸ ਨਿਰਮਲ ਕੁਟੀਆ 84 ਗੁਫਾਵਾਂ ਵਿਖੇ ਕਿ ਨਾਮ ਜਪਣ, ਅਤੇ ਨਾਮ ਦੀ ਜੁਗਤੀ ਲੈ ਕੇ ਜਾਂਦੇ ਨੇ। ਕਿਉਂਕਿ ਜਦੋਂ ਫੁੱਲ ਮਹਿਕਦਾ ਹੈ ਅਤੇ ਦੂਰੋਂ ਦੂਰੋਂ ਪਤਾ ਲੱਗਦਾ ਹੈ, ਲੇਕਿਨ ਜਗਿਆਸੂ ਹੋਣੇ ਚਾਹੀਦੇ ਆ, ਉਸ ਦੇ ਲਾਇਕ ਹੋਣੇ ਚਾਹੀਦੇ ਆ। ਅਤੇ ਮਹਾਂਪੁਰਸ਼ ਸੰਸਾਰ ਦੇ ਵਿੱਚ ਹੈਗੇ ਨੇ ਅਤੇ ਰਹਿੰਦੀ ਦੁਨੀਆਂ ਤੱਕ ਰਹਿਣਾ ਹੈ। ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਇਹਨਾਂ ਨੇ 84 ਗੁਫਾਵਾਂ ਦਾ ਉਪਰਾਲਾ ਕੀਤਾ ਕਿ ਸਮੂਹ ਸੰਗਤ ਜਿਹੜੀ ਆਉਂਦੀ ਹੈ ਉਹਨਾਂ ਨੂੰ ਇੱਕ ਇੱਕ ਗੁਫਾਵਾਂ ਦਿੱਤੀਆਂ ਜਾਂਦੀਆਂ ਨੇ, ਅਤੇ 3 ਦਿਨ ਦਾ ਸਿਮਰਨ ਕਰਾਇਆ ਜਾਂਦਾ ਹੈ। 3 ਦਿਨਾਂ ਤੋਂ ਬਾਅਦ ਜਦੋਂ ਇਨਸਾਨ ਘਰ ਨੂੰ ਜਾਂਦਾ ਹੈ, ਕੁਛ ਸੋਚ ਆਉਂਦੀ ਹੈ, ਕੋਈ ਵਿਚਾਰ ਆਉਂਦੀ ਹੈ ਕਿ ਆਪਾਂ ਕਿੱਥੇ ਸਵਰਗ ਦੇ ਵਿੱਚ ਸਾਂ ਅਤੇ ਹੁਣ ਇੱਥੇ ਸੰਸਾਰ ਦੇ ਵਿੱਚ ਨਰਕ 'ਚ ਆ ਗਏ ਹਾਂ। ਅਤੇ ਇਸ ਸਤਿਯੁਗੀ ਧਰਤੀ ਬਣਾਉਣ ਵਾਲੇ ਮਹਾਂਪੁਰਸ਼ ਦੁਨੀਆਂ 'ਤੇ ਆਉਂਦੇ ਨੇ, ਲੇਕਿਨ ਇਹ ਤਾਂ ਸਾਡੇ 'ਚ ਘਾਟ ਹੈ, ਅਸੀਂ ਲੈ ਸਕਦੇ ਹਾਂ ਕਿ ਨਹੀਂ ਲੈ ਸਕਦੇ ਹਾਂ। ਸੰਤਾਂ ਮਹਾਤਮਾ ਦੇ ਦਰਸ਼ਨ ਇਹ ਦੁਰਲੱਭ ਨੇ, ਕਿਉਂਕਿ ਦਾਸ ਪਹਿਲੀ ਵਾਰੀ ਸੰਤ ਸਮਾਜ ਨਿਰਮਲ ਸੰਤ ਸਮਾਜ ਦੇ ਵਿੱਚ ਪਹਿਲੀ ਵਾਰੀ ਬੋਲ ਰਿਹਾ ਹੈ।
ਨਹੀਂ ਤਾਂ ਸਾਡੇ ਵਰਗਿਆਂ ਨੂੰ ਤਾਂ ਬੋਲਣ ਦਾ ਮੌਕਾ ਵੀ ਨਹੀਂ ਮਿਲਦਾ। ਚਲੋ ਆਏ ਹੋਏ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਅਤੇ ਇਸ ਅਸਥਾਨ ਦੇ ਵਿੱਚ ਇੱਕ ਬਹੁਤ ਹੀ ਵੱਡਾ ਵਿਸ਼ਾਲ ਪੈਰਾਮੀਟ ਬਣਾਇਆ ਜਾਣਾ ਹੈ, ਜੋ ਕਿ ਮੋਨੀ ਜੀ ਮਹਾਰਾਜ ਜੀ ਨੇ ਆਪ ਜੀ ਨੂੰ ਦੱਸਿਆ ਹੀ ਹੋਣਾ ਕਿ ਵੀ ਇਸ ਪੈਰਾਮੀਟ ਦੇ ਵਿੱਚ ਇਨਸਾਨ ਜਦੋਂ ਅੰਦਰ ਆ ਕੇ ਬੈਠੇਗਾ, ਉਸ ਦੀ ਮਨ ਇਕਾਗਰਤਾ ਇੱਕਦਮ ਹੋ ਜਾਏਗਾ। ਅਤੇ ਉਸ ਦੀ ਜਿੱਦਾਂ ਪ੍ਰਾਚੀਨ ਮਹਾਂਪੁਰਸ਼ ਜਿਵੇਂ ਕਰਿਆ ਕਰਦੇ ਸਨ, ਜਿਵੇਂ ਆਪ ਜੀ ਪ੍ਰਾਚੀਨ ਮਹਾਂਪੁਰਸ਼ਾਂ ਦੇ ਕੁਟੀਆ ਦੇ ਦਰਸ਼ਨ ਕਰਦੇ ਹੋ, ਕੱਖਾਂ ਦੀ ਕੁਟੀਆ ਇੱਕ ਇਸ ਸਾਈਡ ਬਣਿਆ ਹੁੰਦਾ ਸੀ, ਅਤੇ ਉਹ ਪੈਰਾਮੀਟ ਦਾ ਹੀ ਕੰਮ ਕਰਦਾ ਸੀ। ਜੋ ਆਪਾਂ ਮੰਦਰ ਦੇਖਦੇ ਹਾਂ ਉਹ ਵੀ ਐਨਰਜੀ ਇਕੱਠੀ ਕਰਦੀ ਹੈ, ਅਤੇ ਇੱਕ ਸਪੈਸ਼ਲ ਯਤਨ ਬਾਬਾ ਜੀ ਮੋਨੀ ਜੀ ਕਰ ਰਹੇ ਆ ਕਿ ਪੈਰਾਮੀਟ ਬਣਾਇਆ ਜਾਵੇ, ਜਿਸ ਦੇ ਵਿੱਚ ਦੂਰ ਨੇੜਿਓਂ ਦੇਸ਼ਾਂ ਵਿਦੇਸ਼ਾਂ 'ਚੋਂ ਆਈਆਂ ਹੋਈਆਂ ਸੰਗਤਾਂ ਨੂੰ ਕਿ ਮਨ ਇਕਾਗਰ ਅਤੇ ਪਰਮਾਤਮਾ ਦੀ ਮਿਲਾਪ ਦਾ ਇੱਕੋ ਹੀ ਲਕਸ਼ ਹੈ ਸੰਤਾਂ ਮਹਾਤਮਾ ਦਾ, ਕਿ ਜੇ ਜੀਵ ਅਸੀਂ ਇਸ ਸੰਸਾਰ ਦੇ ਵਿੱਚ ਆਏ ਹਾਂ, ਅਸੀਂ ਅਧੂਰੇ ਨਾ ਚੱਲ ਜਾਈਏ, ਅਸੀਂ ਪਰਮਾਤਮਾ ਦੇ ਦਰਸ਼ਨ ਕਰਨ ਤੋਂ ਬਗੈਰ ਨਾ ਚੱਲ ਜਾਈਏ। ਦਰਸ਼ਨ ਕੀ ਹੈ? ਬ੍ਰਹਮ ਦਿਸੈ ਬ੍ਰਹਮ ਸੁਣੀਐ ਏਕੋ ਏਕ ਬਖਾਣੀਐ। ਜੇ ਇਹ ਸਾਡੀਆਂ ਜੋ ਦੋ ਅੱਖਾਂ ਜਿਹੜੀਆਂ ਚਮੜੇ ਵਾਲੀਆਂ ਨੇ, ਇਹਨਾਂ ਰਾਹੀਂ ਅਸੀਂ ਪਰਮਾਤਮਾ ਦੇ ਦਰਸ਼ਨ ਨਹੀਂ ਕਰ ਸਕਦੇ, ਕਿਉਂਕਿ ਇਹਨਾਂ ਨਾਲ ਆਪਾਂ ਨੂੰ ਆਸਾ ਤ੍ਰਿਸ਼ਨਾ ਦਵੈਸ ਰਾਗ ਦਵੈਸ ਇਹ ਚੀਜ਼ਾਂ ਦਿਸਦੀਆਂ ਨੇ, ਊਚ ਨੀਚ ਮਾਇਆ ਦਾ ਪ੍ਰਭਾਵ ਦਿਸਦਾ ਹੈ। ਲੇਕਿਨ ਜੋ ਤੀਸਰਾ ਨੇਤਰ ਹੈ, ਜਿਹਨੂੰ ਸ਼ਿਵ ਨੇਤਰ ਵੀ ਕਹਿੰਦੇ ਨੇ, ਅਤੇ ਉਹ ਜਦੋਂ ਨੇਤਰ ਸਾਡੇ ਅੰਦਰ ਦਿਸਣਾ ਸ਼ੁਰੂ ਹੁੰਦਾ ਹੈ, ਤਾਂ ਅਸੀਂ ਸਮਝ ਸਕਦੇ ਹਾਂ ਕਿ ਵੀ ਪਰਮਾਤਮਾ ਇੱਥੇ ਵੀ ਹੈ, ਪਰਮਾਤਮਾ ਇੱਥੇ ਵੀ ਹੈ, ਸਾਰਿਆਂ ਦੇ ਵਿੱਚ ਪਰਮਾਤਮਾ ਹੈ, ਪਰਮਾਤਮਾ ਤੋਂ ਸਿਵਾ ਕੁਛ ਨਹੀਂ ਹੈਗਾ। ਅਕਸਰ ਇਹ ਸੰਸਾਰ ਦੇ ਵਿੱਚ ਦੁਨੀਆਵੀ ਲੋਕ ਕਿੰਨੇ ਆਏ ਅਤੇ ਕਿੰਨੇ ਚਲੇ ਗਏ ਆ, ਅਤੇ ਕਿੰਨੀਆਂ ਨੇ ਚਲੇ ਜਾਣਾ ਹੈ, ਲੇਕਿਨ ਉਹਨਾਂ ਦੇ ਕੋਈ ਅਧੂਰੇ ਆਏ, ਅਧੂਰੇ ਜੰਮੇ, ਅਧੂਰੇ ਮਰ ਕੇ ਚਲੇ ਗਏ, ਉਹਨਾਂ ਨੇ ਆਪਣਾ ਲਕਸ਼ ਨਹੀਂ ਪ੍ਰਾਪਤ। ਕਬੀਰ ਭਗਤ ਜੀ ਮਹਾਰਾਜ ਨੇ ਕਿਹਾ ਹੈ ਕਿ ਵੀ ਇਹ ਜਿਹੜਾ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਇਹ ਜੋ ਦਰਸ਼ਨ ਕਰ ਰਹੇ ਹੋ ਮਹਾਂਪੁਰਸ਼ਾਂ ਦੇ, ਇਹ ਚੰਗੇ ਭਾਗ ਨੇ, ਨਹੀਂ ਤਾਂ ਇਹ ਜਿਹੜੇ ਦਰਸ਼ਨ ਕਰ ਰਹੇ ਹੋ ਇਹਨਾਂ ਦੇ ਨਾਲ ਪਤਾ ਨਹੀਂ ਕਿੰਨੇ ਦੁੱਖ ਤਕਲੀਫ ਦੂਰ ਹੋਣੇ ਆ। ਸਾਧ ਸੰਗਤ ਜੀ, ਨਹੀਂ ਅਸੀਂ ਮਨ ਦੇ ਮਗਰ ਲੱਗੇ ਹੁੰਦੇ ਹਾਂ ਅਤੇ ਮਨ ਸਾਡਾ ਖੂਹ ਦੇ ਵਿੱਚ ਸੁੱਟ ਦਿੰਦਾ, ਮਨ ਸਾਡਾ ਚੰਗੇ ਪਾਸੇ ਨਹੀਂ ਆਉਣ ਜਾਂਦਾ। ਸਿਮਰਨ ਕਰਨਾ ਕੋਈ ਬਹੁਤੀ ਔਖੀ ਚੀਜ਼ ਨਹੀਂ ਹੈ, ਕੋਈ ਭੁਲੇਖਾ ਨਾ ਖਾ ਲਿਓ ਕਿ ਵੀ ਬਹੁਤ ਸਿਮਰਨ ਕਰਨਾ ਬਹੁਤ ਔਖਾ ਹੈ, ਸੰਤ ਬਣਨਾ ਬਹੁਤ ਔਖਾ ਹੈ। ਤੁਹਾਡਾ ਮਨ ਹੈ, ਮਨ ਨੂੰ ਇੱਧਰ ਲਾ ਦਿਓ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰ ਲਾਉਣਾ, ਬਹੁਤ ਸੌਖਾ ਜਿਹਾ ਗੱਲ ਹੈ, ਕੋਈ ਬਹੁਤੀ ਔਖੀ ਨਹੀਂ ਹੈ। ਅਤੇ ਇਹ ਤਾਂ ਅਸੀਂ ਮਨ ਦੇ ਮਗਰ ਲੱਗ ਲੱਗ ਕੇ ਨਾ ਆਪੇ ਬੁਰੇ ਕੰਮਾਂ ਦੇ ਵਿੱਚ ਫਸ ਗਏ ਹਾਂ, ਲੋਕਾਂ ਦੇ ਵਿਚਾਰ ਚਰਚੇ ਜਿੱਦਾਂ ਸੁਣਦੇ ਉੱਦਾਂ ਦੇ ਮਨ ਬਣਾ ਲੈਂਦੇ ਹਾਂ। ਲੇਕਿਨ ਜੋ ਮਹਾਂਪੁਰਸ਼ਾਂ ਦਾ ਸਿਧਾਂਤ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਿਧਾਂਤ ਹੈ, ਉਸ ਨੂੰ ਪੜ੍ਹ ਕੇ ਦੇਖੋ। ਮੈਂ ਨੈਣੀ ਨੀਰ ਬਹਿ ਬਹਿ ਚੱਲੈ ਜੀਓ, ਮਿਲ ਮੇਰੇ ਪ੍ਰੀਤਮਾ। ਇਹ ਪ੍ਰੀਤਮ, ਹੇ ਪਰਮਾਤਮਾ, ਇਹ ਅੱਖਾਂ ਨਾਲ ਕਦੋਂ ਦਰਸ਼ਨ ਹੋਣਗੀਆਂ? ਉਹ ਅੱਖ ਦਿਓ ਮੈਨੂੰ, ਦਿਵ ਦ੍ਰਿਸ਼ ਦਿਓ ਮੇਰੇ ਸਤਿਗੁਰ। ਇਹ ਦਿਵ ਦ੍ਰਿਸ਼ਟੀ ਚਾਹੀਦੀ ਹੈ ਜਿਸ ਦੇ ਨਾਲ ਪਰਮਾਤਮਾ ਦੇ ਦਰਸ਼ਨ ਹੋ ਜਾਵੇ। ਮੈਂ ਬਹੁਤਾ ਸਮਾਂ ਨਾ ਲਵਾਂ, ਕਿਉਂਕਿ ਮਹਾਂਪੁਰਸ਼ ਬਹੁਤ ਪੂਜਨੀਕ ਸੰਤ ਬਾਬਾ ਸਹਿਜ ਦਾਸ ਵੀ ਪਹੁੰਚੇ ਨੇ, ਹੋਰ ਵੀ ਮਹਾਂਪੁਰਸ਼ ਆਪ ਜੀ ਨੂੰ ਦਰਸ਼ਨ ਦੇ ਰਹੇ ਨੇ। ਦਾਸ ਤਾਂ ਇੱਥੇ ਹੀ ਰਹਿ ਕੇ ਆਪਣਾ ਸਿਮਰਨ ਭਜਨ, ਇਹੀ ਸਿਧਾਂਤ ਹੈ ਕਿ ਵੀ ਨਾਮ ਦਾ ਹੀ ਪ੍ਰਚਾਰ ਹੋਵੇ ਅਤੇ ਨਾਮ ਦਾ ਹੀ ਗੁਣਗਾਨ ਹੋਵੇ, ਜੋ ਕਿ ਮੇਨ ਚੀਜ਼। ਜਿਸ ਪੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਜੇ ਤੁਸੀਂ ਆਪਣੇ ਕਿਤੇ ਜਾਓ, ਹਰੇਕ ਪਾਸੇ ਕਿਸੇ ਨੇ ਕਿਸੇ ਥਾਂ 'ਤੇ ਝਗੜਾ ਆ, ਕੋਈ ਕਿਤੇ ਨਾਮ ਦੀ ਗੱਲ ਨਹੀਂ ਹੁੰਦੀ, ਕਿਤੇ ਵੀ ਜਾਓ ਕੋਈ ਨਾ ਕੋਈ ਸਮੱਸਿਆ ਕੋਈ ਨਾ ਕੋਈ ਹੋਈ ਰਹਿੰਦਾ। ਲੇਕਿਨ ਸਿਰਫ ਇੱਥੇ ਨਾਮ ਦੀ ਗੱਲ ਹੈ, ਨਾਮ ਕਰਕੇ ਹੀ ਸਾਡਾ ਜਿੱਦਾਂ ਜੀਵਨ ਉਦਾਂ ਉਧਾਰ ਹੋਣਾ ਹੈ, ਅਤੇ ਨਾਮ ਨੇ ਹੀ ਸਾਡਾ ਬੇੜਾ ਬੰਨੇ ਪਾਰ ਕਰਨਾ ਹੈ। ਅਤੇ ਇਹ ਸਤਿਗੁਰੂ ਸਾਰਿਆਂ 'ਤੇ ਕਿਰਪਾ ਕਰਨ, ਆਪ ਜੀ ਦੂਰੋਂ ਨੇੜੇ ਆਏ ਹੋ, ਦਾਸ ਨਿਵਾਣਾ ਜਿਹਾ ਭੁੱਲਾਂ ਹੋਈਆਂ ਖਿਮਾ ਮੰਗਦਾ ਹੈ ਕਿ ਆਪ ਜਾਣੀ ਜਾਣ ਹੋ ਕਿ ਸੰਤ ਬਾਬਾ ਰਜਿੰਦਰ ਸਿੰਘ ਜੀ ਮੋਨੀ ਜੀ ਜੋ ਪੈਰਾਮੀਟ ਦੀ ਸੇਵਾ ਕਰਾ ਰਹੇ, ਇਹ ਸਮੂਹ ਸੰਗਤਾਂ ਨੇ ਹੀ ਕਰਨਾ ਹੈ। ਅਤੇ ਹੋਰ ਵੀ ਜਿੰਨੀਆਂ ਵੀ ਸੰਗਤਾਂ, ਸੰਤ ਮਹਾਤਮਾ ਬਾਬਾ ਜੀ ਇਹ ਵੀ ਕਿਹਾ ਕਰਦੇ ਸੀ
ਕਿ ਵੀ ਕੋਈ ਵੀ ਜਗਿਆਸੂ ਕਿਸੇ ਦੀ ਹੋਵੇ ਕਿ ਵੀ ਅਸੀਂ ਸਿਮਰਨ ਸਾਧਨਾ ਤਿੰਨ ਚਾਰ ਦਿਨ ਕਰਾਉਣਾ ਹੈ, ਜੇ ਸੰਤਾਂ ਨੂੰ ਕਹੇ ਸੰਤਾਂ ਮਹਾਤਮਾ ਵੀ ਕਹਿਣ ਕਿ ਵੀ ਸਾਡੇ ਆਸ਼ਰਮ 'ਚ ਕਰੋ, ਕਹਿੰਦੇ ਅਸੀਂ ਨਿਸ਼ਕਾਮ ਭਾਵ ਦੇ ਨਾਲ ਉੱਥੇ ਤਿੰਨ ਦਿਨ ਦੀ ਸੇਵਾ ਸਿਮਰਨ ਕਰਾ ਸਕਦੇ ਹਾਂ। ਅਤੇ ਕੋਈ ਜਗਿਆਸੂ ਤਾਂ ਹੋਵੇ ਅਤੇ ਮਹਾਂਪੁਰਸ਼ ਬੈਠੇ ਨੇ, ਇਹਨਾਂ ਦੀ ਕਿਰਪਾ ਹੋ ਜਾਣੀ ਹੈ। ਇੱਥੇ ਪੈਰਾਮਿੰਟ ਦਾ ਨੀਂਹ ਪੱਥਰ ਕੱਲ੍ਹ ਸੰਤ ਗੁਰਚਰਨ ਸਿੰਘ ਪੰਡਵੇ ਵਾਲਿਆਂ ਨੇ ਰੱਖ ਕੇ ਗਏ ਆ, ਅਤੇ ਹੋਰ ਵੀ ਮਹਾਂਪੁਰਸ਼ ਆ ਰਹੇ ਨੇ ਜੇ ਦਰਸ਼ਨ ਦੇ ਰਹੇ, ਹੌਲੀ ਹੌਲੀ ਕਿਰਪਾ ਹੋ ਜਾਣੀ ਹੈ। ਤੋ ਸੰਗਤਾਂ ਦੇ ਸਹਿਯੋਗ ਵੀ ਕਰਨਾ ਹੈ। ਸੋ ਆਓ ਅਸੀਂ ਇੱਥੇ ਹੀ ਫਤਿਹ ਬੁਲਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪਰਮ ਸਤਿਕਾਰਯੋਗ ਸੰਤ ਪ੍ਰਭਪ੍ਰੀਤ ਸਿੰਘ ਜੀ, ਜਿਹੜੇ ਬਹੁਤ ਹੀ ਸੁੰਦਰ ਵਿਚਾਰਾਂ ਸਾਨੂੰ ਸ਼ਰਵਣ ਕਰਵਾ ਰਹੇ ਸਨ। ਬ੍ਰਹਮ ਦੀਸੇ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹਿ ਜਾਣੀਏ, ਜਿਹੜੇ ਸਾਨੂੰ ਸ਼ਰਵਣ ਕਰਵਾ ਰਹੇ ਸਨ, ਜਿਸ ਦੇ ਬਾਰੇ ਸ਼ਾਸਤਰ ਕਹਿੰਦਾ ਹੈ, ਸਾਧੂ ਨਾਮ ਦਰਸ਼ਨਮ ਪੁੰਨਿਅਮ ਤੀਰਥ ਭੂਤਾ ਹੀ ਸਾਧਵਾ ਕਾਲੇ ਨ ਫਲਤੀ ਤੀਰਥਾਣੀ ਸਧਿਆ ਸਾਧੂ ਸੁਮਾਗ। ਕਹਿੰਦੇ ਅਸੀਂ ਤੀਰਥਾਂ 'ਤੇ ਜਾਂਦੇ ਹਾਂ, ਬਹੁਤ ਧਨ ਖਰਚ ਕਰਦੇ ਹਾਂ, ਪਰ ਪਤਾ ਨਹੀਂ ਉਸ ਤੀਰਥ ਦਾ ਫਲ ਸਾਨੂੰ ਕਦੋਂ ਮਿਲਣਾ ਹੈ, ਕਦੋਂ ਨਹੀਂ ਮਿਲਣਾ। ਪਰ ਜਦੋਂ ਸਾਨੂੰ ਸਤਿਪੁਰਸ਼ਾਂ ਦੇ, ਮਹਾਂਪੁਰਸ਼ਾਂ ਦੇ, ਗੁਰਮੁਖਾਂ ਦੇ ਦਰਸ਼ਨ ਹੁੰਦੇ ਹਨ, ਤਾਂ ਸੁਭਾਵਿਕ ਹੈ ਸਾਡਾ ਜਿਹੜਾ ਮਨ ਹੈ ਉਹ ਗੁਰੂ ਚਰਨਾਂ ਦੇ ਨਾਲ ਜੁੜਦਾ ਹੈ, ਪਰਮੇਸ਼ਰ ਦੇ ਨਾਲ ਜੁੜਦਾ ਹੈ, ਜਿਨ੍ਹਾਂ ਨੇ ਸਾਨੂੰ ਇਸ ਸਥਾਨ ਦੀ ਮਹਿਮਾ ਸ਼ਰਵਣ ਕਰਵਾਈ ਕਿ ਭਾਈ ਇੱਥੇ ਕੇਵਲ ਤਾਂ ਕੇਵਲ ਸੰਗਤਾਂ ਨੂੰ ਨਾਮ ਦੇ ਨਾਲ ਜੋੜਿਆ ਜਾਂਦਾ। ਸਾਧ ਸੰਗਤ ਜੀ, ਬ੍ਰਿੰਦਾਵਨ ਦੇ ਵਿੱਚ ਇੱਕ ਬਹੁਤ ਵੱਡੇ ਸਿੱਧ ਮਹਾਂਪੁਰਸ਼ ਹੋਏ ਹਨ, ਸਵਾਮੀ ਖੰਡਾਨੰਦ ਜੀ। ਸਵਾਮੀ ਖੰਡਾਨੰਦ ਜੀ ਮਹਾਰਾਜ ਨੂੰ ਕਿਸੇ ਨੇ ਪੁੱਛਿਆ ਕਿ ਸਵਾਮੀ ਜੀ, ਤੁਹਾਡੇ ਕੋਲ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ, ਬਹੁਤ ਲੋਕ ਆਉਂਦੇ ਹਨ, ਬਹੁਤ ਸ਼ਰਧਾਲੂ ਆਉਂਦੇ ਹਨ, ਬਹੁਤ ਲੋਕ ਤੁਹਾਡੇ ਕੋਲ ਆ ਕਰਕੇ ਪਰਮਾਤਮਾ ਦੀ ਪ੍ਰਾਪਤੀ ਕਰਦੇ ਹੋਣੇ। ਸਵਾਮੀ ਜੀ ਨੇ ਕਿਹਾ ਕਿ ਭਾਈ, ਮੇਰੇ ਕੋਲ ਲੋਕ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਉਂਦੇ ਹਨ, ਪਰ ਲੋਕਾਂ ਦੀ ਮੰਗ ਕੇਵਲ ਤਾਂ ਕੇਵਲ ਸੰਸਾਰ ਦੀ ਹੁੰਦੀ। ਕਿਸੇ ਨੂੰ ਕਾਰੋਬਾਰ ਚਾਹੀਦਾ ਹੈ, ਕਿਸੇ ਨੂੰ ਮਕਾਨ ਚਾਹੀਦਾ ਹੈ, ਕਿਸੇ ਨੂੰ ਪੁੱਤਰ ਚਾਹੀਦਾ ਹੈ, ਕਿਸੇ ਨੂੰ ਕੁਛ ਚਾਹੀਦਾ ਹੈ। ਕਹਿੰਦੇ ਅੱਜ ਤੱਕ ਮੈਨੂੰ ਆ ਕਰਕੇ ਕਿਸੇ ਨੇ ਇਹ ਨਹੀਂ ਕਿਹਾ ਕਿ ਮੈਨੂੰ ਪਰਮਾਤਮਾ ਚਾਹੀਦਾ। ਸਾਡੀਆਂ ਜਿਹੜੀਆਂ ਮੰਗਾਂ ਹਨ ਉਹ ਸੰਸਾਰ ਦੀਆਂ ਹਨ ਕਿ ਸਾਨੂੰ ਆਹ ਮਿਲ ਜਾਵੇ, ਸਾਨੂੰ ਉਹ ਮਿਲ ਜਾਵੇ, ਅਸੀਂ ਆਹ ਪ੍ਰਾਪਤ ਕਰ ਲਈਏ, ਅਸੀਂ ਉਹ ਪ੍ਰਾਪਤ ਕਰ ਲਈਏ। ਪਰ ਸਾਧ ਸੰਗਤ ਜੀ, ਇਹ ਜੋ ਕੁਛ ਅਸੀਂ ਪ੍ਰਾਪਤੀ ਕਰਦੇ ਹਾਂ ਇੱਥੇ ਹੀ ਛੱਡ ਜਾਣਾ ਹੈ, ਸਾਡੇ ਨਾਲ ਇੱਥੋਂ ਕੁਛ ਨਹੀਂ ਜਾਣਾ। ਜਿਸ ਦੇ ਬਾਰੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਤਨ ਕਹਿੰਦੇ ਹਨ ਸਰੀਰ ਨੂੰ, ਬਾਕੀ ਤਾਂ ਚੀਜ਼ਾਂ ਛੱਡੋ, ਜਿਹੜਾ ਸਰੀਰ ਅਸੀਂ ਇਸ ਸੰਸਾਰ 'ਤੇ ਲੈ ਕਰਕੇ ਆਏ ਹਾਂ, ਇਹ ਸਰੀਰ ਨੇ ਵੀ ਸਾਡੇ ਨਾਲ ਨਹੀਂ ਜਾਣਾ ਭਾਈ, ਇੱਥੇ ਰਾਖ ਹੋ ਜਾਣਾ ਹੈ। ਸਾਡੇ ਨਾਲ ਜਾਣਾ ਹੈ ਤਾਂ ਕੇਵਲ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਾਣਾ ਹੈ। ਸੋ ਮਹਾਂਪੁਰਸ਼ ਸਾਨੂੰ ਨਾਮ ਦੇ ਨਾਲ ਜੋੜਦੇ ਹਨ। ਸੰਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਹੁਣ ਮੈਂ ਬੇਨਤੀ ਕਰਾਂ ਪਰਮ ਸਤਿਕਾਰਯੋਗ ਸੰਤ ਬਾਬਾ ਜੋਗਾ ਸਿੰਘ ਜੀ ਕਾਰ ਸੇਵਾ ਵਾਲੇ, ਉਹ 10 ਮਿੰਟ ਵਾਸਤੇ ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾ ਸ਼ਰਵਣ ਕਰਵਾ ਕੇ ਨਿਹਾਲ ਕਰਨਗੇ ਅਤੇ ਸਾਨੂੰ ਦਰਸ਼ਨ ਦੇ ਕੇ ਕਿਰਤਾਰਥ ਕਰ ਰਹੇ ਹਨ। ਪਰਮ ਸਤਿਕਾਰਯੋਗ ਸੰਤ ਬਲਵੀਰ ਸਿੰਘ ਜੀ ਟੂਟੋ ਮਜਾਰੇ ਵਾਲੇ, ਹੁਣ ਪਰਮ ਸਤਿਕਾਰਯੋਗ ਸੰਤ ਬਾਬਾ ਜੋਗਾ ਸਿੰਘ ਜੀ ਕਾਰ ਸੇਵਾ ਵਾਲੇ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਔਗਣ ਭਰੇ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤਦਾਰਾ ਸੋ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤਹਿ ਮਲੰਤ ਜਮ ਤਰਾਸ ਮਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸੁਰਨਾਈ। ਗੁਰੂ ਪਿਆਰਿਓ, ਆਪ ਅਲਾਵਲਪੁਰ
संत बाबा अरजिंदर सिंह मोनी जिन्हां ने पराला किया संगतां नू नाम नाल जोड़िया मारी बाणियां दी नाम तुलक शबरन होए नानक गुरमुख नाम पावे जन कोई नाम सारयां नू उत्ते ते नाम दे ही जिहड़ी आ जिहड़ी सेवा है चाहे वह लंगरां दी कर रहे हां चाहे वह मारतां दी कर रहे हां चाहे जोड़ियां दी चाहे झाड़ू दी ये सारा जिहड़ा नाम दा है कि संगत आवेगी ते उन्हां दीआं सहूलतां वास्ते मारतां दी भी लोड़ है मारत चाहे दवान हो हाल होवे चाहे लंगर हाल होवे चाहे गुरुद्वारा होवे संगतां नूं मुख रख के ताकि संगतां नूं किसी गल दी मुश्किल ना आवे मीह नेरी झखड़ धुप तो बचा जा सके यही गुरद्वारे धन गुरु नानक साहब जी ने चार उदासियां लाइया चौहां उदासियां दे विच वड्डे वड्डे सज्जन ठग कौडे रासक कारू बादशाह वर्गे उन्हां कोल जाके उन्हां नूं जदों सही मार्ग ते पा लिया ते ओह उन्हां दा पछतावा होया महाराज हुण साडा पार तारा किवें होएगा असीं ते बहुत पाप कीते ने उन्हां नूं पछतावा लगा महाराज आख्या अवर काज तेरे किते ना काम मिल साध संग भज केवल नाम उत्थे भी बाबे नानक ने नाम की गल की है नाल संगत जोड़ के ओही धर्मशाला का उपदेश दिता भी धर्मशाला बनाओ ते धर्मशाला दे विच संगत कठी होके तन तन सत संगत जित हर रस पाया ओही धर्मशाला का चमेर होई गुरु का वासा होया ते गुरु का द्वारा बनया अज आप सारे गुरुद्वारे जाने हैं गुरु के द्वार च ते गुरुद्वारे साहब जाके गुरु के प्यारे सच ये आ गुरुद्वारे बड़े बना रहे हैं पर गुरुद्वारा बहुते गुरुद्वारे शासित अड्डा बन के रह गए दास नूं अज तो थोड़े दिन पिछे राजस्थान जाना पिया विजयनगर के लागे 40 फट्टा गुरद्वारा संत फतेह सिंह ने बनाया सी बुढ़े जोड़ की भी उन्हें सेवा कराई सी उस जेड़ा उत्थे सेवादार सी वो पहलों बाबा जी बाबे जगतार सिंह को इत्थे साढ़े नाल इकट्ठा सी सेवा करदा कुछ मन च मैल आई लालच आया ते वो संगत ने थोड़ा कसंगत संगत नहीं कहेंगे कसंगत ने उन्हें पलेरिया ते वो पासे होके अपना होमे नूं पट्ठे पाण लगा गुरु के प्यारे कुछ ही दिन पहलों 20 दिन पहलों जदों वो चढ़ाई की है ते मैं कुदरती उहदे नाल टैलीफोन किया मैं भी बन गया बाबा वड्डा हुण जदों आपां मरांगे ते उदों ये अपने नाल जाएगा महाराज की बाणी आती है सिख सखा बो किए बो कोए न मीत चाले ते हर मिलने को चित अटक्यो बीच तन मेरे पातशाह छेवें पातशाह जा रहे सी ते अगे वड्डी सराल पई सी बहुत वड्डी ते कीड़े पए उन्हूं बहुत तड़फण डिया सी महाराज गए ते उन्हूं थोड़ी शांति मिली महाराज उत्थे खड़े हो गए महाराज जी की भाणा है आप जी ते खड़े होंदे नहीं आंदे भी वेखो रंग करतार दे तन छेवें पातशाह गुरु हरगोबिंद साहब ने जल दा छिट्टा मारिया उहदा शरीर सारा फुट गया कीड़े बाहर हो गए उहदी मौत हो गई मुक्त हो गया वो छोटी जी एक रूह निकली वो बोल के महाराज ने आख्या दस भाई अपनी पिछली विथ्या दस आंदा भी मैं मंत सां मैं आंदा सा भी आ जाओ तुहानू स्वर्ग दे झूटे दिया मैं जिहड़ा मेरे दर्शन करेगा वह स्वर्ग च जाएगा
ਤੇ ਸਿੱਖ ਸਿੱਖਾ ਮੈਂ ਬਹੁਤ ਕਰ ਲਏ ਪਰ ਅੱਗੇ ਮੇਰੀ ਪਹੁੰਚ ਨਹੀਂ ਸੀ ਉੱਥੋਂ ਤੱਕ ਪਹੁੰਚਾਉਣ ਦੀ ਮੁਕਤ ਕਰਨ ਦੀ ਤੇ ਹੁਣ ਇਹ ਜਿੰਨੇ ਆ ਕੀੜੇ ਨੇ ਸਾਰੇ ਮੇਰੇ ਸੇਵਕ ਸਨ ਪਹਿਲੋਂ ਹੁਣ ਮੈਨੂੰ ਆਂਦੇ ਆ ਕਿਸੇ ਬੰਨੇ ਲਾ ਨਾ ਮੈਂ ਆਪ ਲੱਗਣ ਜੋਗਾ ਤੇ ਨਾ ਇਹਨਾਂ ਨੂੰ ਲਾ ਸਕਦਾ ਕਾਚੇ ਗੁਰ ਤੇ ਮੁਕਤ ਨਾ ਹੋਈ ਕਦੀ ਵਾਸਤੇ ਕੱਚੇ ਗੁਰੂ ਤੋਂ ਮੁਕਤ ਨਹੀਂ ਹੁੰਦੀ ਤੇ ਗੁਰੂ ਕੇ ਪਿਆਰੋ ਜੇ ਕਿਸੇ ਨੂੰ ਪੁੱਛ ਕੇ ਵੇਖੋ ਤੇ ਆਂਦਾ ਮੈਂ ਪਾਈਆ ਕੋਈ ਨੀ ਮੈਂ ਪੂਰਾ ਕਿਲੋ ਹਾਂ ਗੁਰੂ ਕਿਰਪਾ ਕਰੇ ਇਸ ਮੁਲਕ ਨੂੰ ਵੀ ਮਤ ਬਖਸ਼ੇ ਵੀ ਜਿਹੜਾ ਨਾਮ ਤੋਂ ਬਗੈਰ ਹੀ ਕਹਿ ਦਿੰਦਾ ਕੰਨਾਂ ਕੋਲ ਗੁਰ ਤੇ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ ਨਹੀਂ ਜੇ ਗੱਲ ਬਣਨੀ ਜਿੰਨਾ ਚਿਰ ਆਪ ਨਹੀਂ ਜਪਿਆ ਜਾਣਾ ਤੇ ਨਿਰਾ ਮੂੰਹ ਨਾਲ ਵੀ ਜਪਿਆ ਗੱਲ ਨਹੀਂ ਆਉਣੀ ਜਿੰਨਾ ਚਿਰ ਹਿਰਦਿਓ ਆਵਾਜ਼ ਨਹੀਂ ਆਉਣੀ ਉੱਠਣੀ ਤੇ ਉਹ ਜੋ ਗੱਲ ਕਰਾ ਰਹੇ ਨੇ ਉਹ ਵੇਖੋ ਹੁਣ ਤੁਹਾਡੇ ਸਾਹਮਣੇ ਆਪ ਪਹਿਲੋਂ ਆਪ ਗਵਾਈਏ ਤਾਂ ਸ਼ੋ ਪਾਈਏ ਅਵਰ ਕੈਸੀ ਚਤਰਾਈ ਪਹਿਲਾਂ ਆਪਾ ਗਵਾਇਆ ਘਰ ਛੱਡਿਆ ਫਿਰ ਉਸ ਤੋਂ ਬਾਅਦ ਆਪ ਮਹਾਂਪੁਰਸ਼ਾਂ ਨੇ ਬਾਬੇ ਨਛੱਤਰ ਸਿੰਘ ਨੇ ਸਕੱਤਰ ਸਿੰਘ ਨੇ ਕਿਹਾ ਬਾਬਾ ਜੀ ਸੰਗਤਾਂ ਨੂੰ ਉਪਦੇਸ਼ ਦਿਓ ਇਹਨੇ ਕਿਹਾ ਵੀ ਜਿੰਨਾ ਚਿਰ ਮੈਂ ਆਪ ਨਹੀਂ ਕੁਛ ਬਣ ਜਾਂਦਾ ਮੈਨੂੰ ਅੱਗੇ ਪਤਾ ਨਹੀਂ ਉਹਨਾਂ ਚਿਰ ਮੈਂ ਨਹੀਂ ਦੇਣਾ 7 ਸਾਲ ਭੋਰੇ 'ਚ ਬਹਿ ਕੇ ਇੰਨੀ ਜ਼ਿਆਦਾ ਕਠਿਨ ਤਪੱਸਿਆ ਕਰਕੇ ਅਤੇ ਫਿਰ ਕੋਈ ਗਿਆਨ ਹੋਇਆ ਅਤੇ ਫਿਰ ਉਹ ਵੰਡਣ ਡਿਆ ਮੈਂ ਬਹੁਤਾ ਜ਼ਿਆਦਾ ਵਿਸਤਾਰ 'ਚ ਨਾ ਜਾਵਾਂ ਮੇਰਾ ਦਿਲ ਇਹ ਕਰਦਾ ਵੀ ਮੈਂ ਜ਼ਿਆਦਾ ਇੰਨਾ ਨਾ ਕਰਾਂ ਕਿਉਂ ਪਿੱਛੇ ਮਹਾਂਪੁਰਸ਼ ਹੋਰ ਵੀ ਨੇ ਸੋ ਗੁਰੂ ਕੇ ਪਿਆਰੋ ਹੱਥ ਜੋੜ ਕੇ ਬੇਨਤੀ ਇਹ ਆ ਜੇ ਕੁਛ ਲੈਣਾ ਤੇ ਰੱਬ ਦੇ ਨੇੜੇ ਲੱਗਣਾ ਤੇ ਘਾਲਣਾ ਜ਼ਰੂਰ ਘਾਲਣੀ ਪੈਗੀ ਮਨ ਦੇ ਫੁਰਨੇ ਰੋਕਣੇ ਪੈਣਗੇ ਜਿੰਨਾ ਚਿਰ ਨਿਸ਼ਾਨਾ ਸਹੀ ਨਹੀਂ ਵੱਜਦਾ ਉਹਨਾਂ ਚਿਰ ਸ਼ਿਕਾਰ ਨਹੀਂ ਮਾਰਿਆ ਜਾਣਾ ਵਰਨਾ ਨੱਕਾ ਛੱਪੜ ਜੀ ਪਿਆ ਰਹਿਣਾ ਸੋ ਮੈਂ ਇੰਨੀਆਂ ਹੀ ਬੇਨਤੀਆਂ ਕਰਦਾ ਬਾਬਾ ਜੀ ਕੁਛ ਮਾਰਤਾਂ ਦਾ ਪਰਾਲਾ ਹੋਰ ਕਰ ਰਹੇ ਨੇ ਸੰਗਤਾਂ ਨੂੰ ਮੁਸ਼ਕਿਲ ਆਉਂਦੀ ਏ ਆਪ ਸਾਰੇ ਰਲ ਮਿਲ ਕੇ ਬਾਬਾ ਜੀ ਦੇ ਨਾਲ ਹੱਲਾ ਬੋਲੋ ਦਾਸ ਵੀ ਨਾਲ ਏ ਸੋ ਇੰਨੀਆਂ ਹੀ ਬੇਨਤੀਆਂ ਕਹਿ ਕੇ ਖਿਮਾ ਦੇ ਜਾਜਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਪਰਮ ਸਤਿਕਾਰਯੋਗ ਸੰਤ ਬਾਬਾ ਜੋਗਾ ਸਿੰਘ ਜੀ ਕਰ ਸੇਵਾ ਵੇਲੇ ਜਿਹੜੇ ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਸ਼ਰਵਣ ਕਰਵਾ ਕੇ ਨਿਹਾਲ ਕਰ ਰਹੇ ਸਨ ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਹੈ ਹੁਣ ਮੈਂ ਬੇਨਤੀ ਕਰਾਂ ਪਰਮ ਸਤਿਕਾਰਯੋਗ ਸੰਤ ਯਾਦਵਿੰਦਰ ਸਿੰਘ ਜੀ ਨਡਾਲੇ ਵਾਲੇ ਉਹ ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਸ਼ਰਵਣ ਕਰਵਾ ਕੇ ਨਿਹਾਲ ਕਰਨਗੇ ਸਾਰੇ ਸਤਿਪੁਰਸ਼ਾਂ ਮਹਾਂਪੁਰਸ਼ਾਂ ਦੇ ਬੁਲਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਇਹ ਜਿਹੜੀ ਸਟੇਜ ਹੈ ਕੇਵਲ ਤਾਂ ਕੇਵਲ ਨਿਰੋਲ ਅਧਿਆਤਮਕ ਸਟੇਜ ਹੈ ਇੱਥੇ ਕੇਵਲ ਤਾਂ ਕੇਵਲ ਅਧਿਆਤਮਿਕਤਾ ਦੀ ਚਰਚਾ ਕੀਤੀ ਜਾਵੇ ਹੋਰ ਕੋਈ ਰਾਜਨੀਤਿਕ ਜਾਂ ਕਿਸੇ ਦੀ ਨਿੰਦਾ ਨਾ ਕੀਤੀ ਜਾਵੇ ਇੱਥੇ ਕੇਵਲ ਤਾਂ ਕੇਵਲ ਅਧਿਆਤਮਿਕ ਵਿਚਾਰਾਂ ਵਾਸਤੇ ਇਹ ਸਟੇਜ ਲਗਾਈ ਗਈ ਹੈ ਸਾਰੇ ਮਹਾਂਪੁਰਸ਼ਾਂ ਨੂੰ ਬੇਨਤੀ ਹੈ ਕਿ ਕੇਵਲ ਤਾਂ ਕੇਵਲ ਅਧਿਆਤਮਿਕ ਵਿਚਾਰਾਂ ਕੀਤੀਆਂ ਜਾਣ ਹੁਣ ਪਰਮ ਸਤਿਕਾਰਯੋਗ ਸੰਤ ਬਾਬਾ ਯਾਦਵਿੰਦਰ ਸਿੰਘ ਜੀ 10 ਮਿੰਟ ਵਾਸਤੇ ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਸ਼ਰਵਣ ਕਰਵਾ ਕੇ ਨਿਹਾਲ ਕਰਨਗੇ ਕਹਿ ਕਬੀਰ ਹਉ ਭਇਆ ਉਦਾਸ ਤੀਰਥ ਵੱਡਾ ਕੇ ਹਰ ਕਾ ਦਾਸ ਕਬੀਰ ਰੋੜਾ ਹੋਏ ਰੋ ਬਾਟ ਕਾ ਤਜ ਮਨ ਕਾ ਬਿਮਾਨ ਐਸਾ ਕੋਈ ਦਾਸ ਹੋਏ ਤਾਹੇ ਬਿਲੇ ਭਗਵਾਨ ਕਬੀਰ ਰੋੜਾ ਹੁਆ ਤੋ ਕਿਆ ਭਇਆ ਪੰਥੀ ਕੋ ਦੁੱਖ ਦੇ ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ ਕਬੀਰ ਖੇ ਹੋਈ ਤੋ ਕਿਆ ਭਇਆ ਚੌਪੁਣ ਲਾਗੈ ਅੰਗ ਹਰ ਜਾਣੇ ਐਸਾ ਚਾਹੀਐ ਜਿਉਂ ਪਾਣੀ ਸਰਵੰਗ ਕਬੀਰ ਪਾਣੀ ਹੁਆ ਤੋ ਕਿਆ ਭਇਆ ਸੀਰਾ ਤਾਤਾ ਹੋਏ ਹਰ ਜਣ ਐਸਾ ਚਾਹੀਏ ਜੈਸਾ ਹਰ ਹੀ ਹੋਏ ਚਿੱਤ ਦੀ ਇਕਾਗਰਤਾ ਸਮੇਂ ਦੀ ਸਫਲਤਾ ਅੰਤ ਹੈ ਕਰਨ ਦੀ ਸ਼ੁੱਧਤਾ ਵਾਸਤੇ ਰਸਨਾ ਦੀ ਪਵਿੱਤਰਤਾ ਵਾਸਤੇ ਸਾਰੇ ਕਿਰਪਾ ਕਰੋ ਅਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਫਿਰ ਕਿਰਪਾ ਕਰੋ ਅਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ
परम सत्कारयोग गुरु खालसा साध संगत जी, अज महान ब्रह्म ज्ञानी ब्रह्म निष्ठ आत्म स्रोति समदृष्टेता परम संत श्रीमान संत बाबा दलेल सिंह जी महाराज जी महान पावन पवित्र याद अंदर परम शरदे संत बाबा रजिंद्र सिंह जी मोनी जी महाराज समूह संगतां दे सहयोग दे नाल अते महापुरखां दे इकट्ठ दे विच महापुरखां दी याद नूं मना रहे ने। परम शरदे संत बाबा ज्ञानी जैल सिंह जी शास्त्री श्री अमृतसर साहब जी तो परम शरदे संत बाबा बलवीर सिंह जी शास्त्री जी टूटो मजारे तो अते होर सत्कारयोग शख्सियतां जो महापुरखां दी पवित्र याद नूं मना रहे ने। सात संगत जी, मोनी जी महाराज जो पवित्र उपराला संगतां नूं नाम आप जप के ते होरां नूं जपाउण दा कर रहे ने, इह उपराला ते कोई करोड़ां चों इक जीव करदा है। जिन्हां बच्चियां दे मोबाइल ते इंटरनेट चलदा है उह किते सर्च मार के देखण इक महात्मा गोपाल नेपाल दे विच तपस्या कर रहे ने और वो सर्च मार के देखना उहदा नां है बुद्धा बॉय। बहुत सत्कारयोग महान तपस्वी होए आ डॉक्टर स्वामी राम जी जो संत वरियाम सिंह रतवाड़ा साहब वाले महापुरखां कोल रहे आ ते बहुत ही वड्डे पढ़े लिखे महापुरख सन। जिस मुल्क च भी जांदे सी 15 दिनां विच उत्थों दी भाषा बोलण लग पैंदे सी। एक अभ्यास की कमाई की गल है, पढ़े लिखे भी बहुत से। वो एक बड़ा प्यारा वचन कहिंदे आ, कहिंदे भी जिन्ना सेफ बंदा समाधि विच है उन्ना तुरदा फिरदा नहीं है। और जिहड़ा बुद्धा बॉय कोई 18 कु साल उस बच्चे की उम्र है और एक दरखत दे थले वो तपस्या कर रहा है अज भी, ना कुछ खाता है ना पीता है, श्वास चल रहे, धड़कन चल रही, सब कुछ चल रहा है। पिछे जे वो काली लोई लैके तपस्या कर रहे सी, लोई नूं अग लग गई, ना तो केसां नूं कुछ होया और ना ही शरीर नूं कुछ होया, प्रभ सिमरत कुछ बिगड़ ना लग गया, कोई भी बिगड़ नहीं, ना बाहर दा बिगड़ना है ना अंदर दा बिगड़ना है। अठे पैर ही उस वाहिगुरु अंतरजामी दे नाल बिरती एकाग्र होके लगी हुई है। और ये परमेश्वर की बख्शिश तो बगैर ऐसियां प्राप्तियां हुंदियां नहीं हन। ब्रह्म नेष्टी ब्रह्म स्रोत्री ब्रह्म ज्ञानी बाबा आनंद सिंह जी महाराज नानकसर कलेरां वाले महापुरख, वैसे साधुआं की कोई जात तो नहीं है पर कारोबार तो ही किसी की वंड की गई है। हजूर ब्रह्म ज्ञानी बाबा आनंद सिंह जी महाराज आप रामगढ़िया परिवार विचों सन, लकड़ का काम करते सन महापुरख। महापुरख एक दिन लकड़ का काम कर रहे, रंधा फेर रहे सी, इन्हें बाहर कोई मंगन वाला आया, हरी ओम दा आवाजा दिता ते घर वाले घर नहीं सन, घर वालियां दी मक्की सुकने पई सी। महापुरखां ने बहुत वड्डी मुठ भर के उस मंगण वाले दी झोली विच पा दित्ती ते मंगण वाला कहण लगा, जे तेरी अपनी हुंदी ते फिर इन्नी पाउंदा। कोई समा हुंदा है बचन घर घर जांदा है, समय तो पहला बहुत कुछ हुंदा है नहीं पता लगता। गुरु अमरदास महाराज पहला भी तो वह लड़की उत्थे ही सी, लेकिन जो तो समा आया वह सट वजी निगुरेपण दी तो सतगुर ने कृपा की, किड्डी वड्डी पदवी दित्ती उन्होंने। महापुरख रंधा फेरदे फेरदे विचार किया, रंधा चुक के मारिया, कहिंदे हुण तां इन्नी तपस्या करनी है आप भी रजना है ते होरां नूं भी रजाउणा है। आखो सतनाम श्री वाहिगुरु। वाकई ही यह गल सच है कि महापुरख आप भी तपस्या दे नाल गदगद भरे हुए सन ते अज भी संसार उत्थों परमार्थ की सीध लै रहा है। ऐसे ही ब्रह्म ज्ञानी बाबा दलेर सिंह जी महाराज जो विरक्तता की एक महान मिसाल शायद ही कितने मिलती हो गई। बहुत महापुरश ने, सारे ही सत्कार योग ने, पर आप जिन्हों की याद में जुड़े हाँ असी तो उन्होंने गल करनी है। मैं परसों किसी महापुरखों को बैठा सी, मैं क्या बाबा जी किड्डी महान रूह सन बाबा दलेर सिंह जी महाराज, उन्होंने नाँ ते बंदे ते बंदे कुत्ते भी रोटियां खान डे आ और खाते पे आ। जो एक मान एक चित रात दे तिनकी बरकत खाहे, कोई एक अद्धा नहीं असंख करोड़े करोड़ा उहदियां बरकतां खाते। अज भी जे असी सारे एकत्र होके बैठे हाँ तो यह भी उन्होंने ही बरकत आ।
ਬਹੁਤ ਧੰਨਵਾਦ। ਸਤਿਕਾਰਯੋਗ ਸੰਤ ਬਾਬਾ ਰਜਿੰਦਰ ਸਿੰਘ ਜੀ ਮਹਾਂਪੁਰਖਾਂ ਦਾ, ਜਿਨ੍ਹਾਂ ਨੇ ਏਡਾ ਮਹਾਨ ਉਪਰਾਲਾ ਕੀਤਾ। ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਬਾ ਦਲੇਰ ਸਿੰਘ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ, ਸਤਿਗੁਰੂ ਇਹਨਾਂ ਨੂੰ ਸਦਾ ਹੀ ਸਿਹਤ ਜਾਬੀ ਬਖਸ਼ੇ ਔਰ ਇਹ ਆਪਣਾ ਕਾਰਜ ਜਿਸ ਸੰਸਾਰ ਵਿੱਚ ਜਿਸ ਕਾਰਜ ਵਾਸਤੇ ਆਏ ਹਨ ਉਹ ਪੂਰਾ ਕਰਨ। ਫੁੱਲ ਚੁੱਕ ਦੀ ਖਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪਦਰ ਸਿੰਘ ਜੀ ਨਡਾਲੇ ਵਾਲੇ, ਜਿਹੜੇ ਆਪ ਸੰਗਤਾਂ ਨੂੰ ਮਹਾਂਪੁਰਸ਼ਾਂ ਦੀ ਮਹਿਮਾ ਸ਼ਰਵਣ ਕਰਵਾ ਰਹੇ ਸਨ, ਜਿਸ ਦੇ ਬਾਰੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਪੈ ਚੀਤਾ। ਸੋ ਉਹਨਾਂ ਦਾ ਬਹੁਤ ਬਹੁਤ ਹੈ ਦਿਲੋਂ ਧੰਨਵਾਦ ਹੈ। ਹੁਣ ਮੈਂ ਬੇਨਤੀ ਕਰਾਂ ਪਰਮ ਸਤਿਕਾਰਯੋਗ ਸਵਾਮੀ ਸਤਪ੍ਰੀਤ ਹਰੀ ਜੀ ਅੰਮ੍ਰਿਤਸਰ ਵਾਲੇ, ਉਹ ਆਪ ਸੰਗਤਾਂ ਨੂੰ 10 ਮਿੰਟ ਵਾਸਤੇ ਪ੍ਰਵਚਨਾਂ ਦੇ ਦੁਆਰਾ ਨਿਹਾਲ ਕਰਨਗੇ। ਪਰਮ ਸਤਿਕਾਰਯੋਗ ਸਵਾਮੀ ਸਤਪ੍ਰੀਤ ਹਰੀ ਜੀ ਅੰਮ੍ਰਿਤਸਰ ਵਾਲੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਕਿਰਪਾ ਹੋਵੇ ਤੇ ਜੀਵ ਆਤਮਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠਣ ਦਾ ਸ਼ੁਭ ਅਵਸਰ ਪ੍ਰਾਪਤ ਹੁੰਦਾ ਹੈ। ਜੀਵਨ ਦੇ ਵਿੱਚ ਉਹੀ ਸਮਾਂ ਧਨ ਹੈ ਜਿਹੜਾ ਅਸੀਂ ਆਪਣੇ ਪ੍ਰਭੂ ਨਾਲ ਬਿਤਾਉਂਦੇ ਹਾਂ। ਗ੍ਰਸਤ ਜੀਵਨ ਦੇ ਅੰਦਰ ਇਸਤਰੀ ਆਪਣੇ ਪਤੀ ਨੂੰ ਹੀ ਸਭ ਕੁਝ ਸਮਝਦੀ ਹੈ, ਉਸੇ ਨਾਲ ਰਹਿੰਦੀ ਤੇ ਉੱਠਦੀ ਬਹਿੰਦੀ ਹੈ। ਠੀਕ ਇਸੇ ਤਰ੍ਹਾਂ ਹੀ ਜੀਵਾਤਮਾ ਦਾ ਸੰਬੰਧ ਪਰਮਾਤਮਾ ਦੇ ਨਾਲ ਹੈ। ਕਿਧਰੇ ਕਿਧਰੇ ਜੀਵਾਤਮਾ ਦਾ ਸੰਬੰਧ ਪਰਮਾਤਮਾ ਦੇ ਨਾਲ ਪਿਤਾ ਰੂਪ ਵਿੱਚ ਹੈ, ਕਿਧਰੇ ਭਰਾਤਾ ਰੂਪ ਦੇ ਵਿੱਚ ਹੈ, ਔਰ ਕਿਧਰੇ ਕਿਧਰੇ ਪਤੀ ਰੂਪ ਵਿੱਚ ਹੈ। ਸੰਬੰਧ ਚਾਹੇ ਕੋਈ ਵੀ ਜੋੜ ਲਓ, ਇਹਨਾਂ ਸੰਬੰਧਾਂ ਤੋਂ ਅਤੀਤ ਇੱਕ ਸੰਬੰਧ ਸ਼ਾਸਤਰ ਨੇ ਹੋਰ ਵੀ ਮੰਨਿਆ ਹੈ, ਉਹ ਹੈ ਆਤਮਾ ਪ੍ਰਾਤਮਾ ਏਕੋ ਕਰੇ ਅੰਤਰ ਕੀ ਦੁਵਿਧਾ ਅੰਤਰ ਮਰੇ। ਅਰਥਾਤ ਆਤਮਾ ਹੀ ਪਰਮਾਤਮਾ ਹੈ, ਪਰਮਾਤਮਾ ਦਾ ਹੀ ਅਸੀਂ ਰੂਪ ਹਾਂ। ਨਿਰਸੰਦੇਹ ਛੋਟੇ ਬੱਚੇ ਨੂੰ ਆਖਿਆ ਜਾਂਦਾ ਹੈ ਕਿ ਉਹ ਰੱਬ ਦਾ ਰੂਪ ਹੈ। ਛੋਟੇ ਬੱਚੇ ਹੀ ਤਾਂ ਸੀ ਅਸੀਂ ਇੱਕ ਦਿਨ, ਅੱਜ ਵੱਡੇ ਹੋ ਗਏ ਆ ਤੇ ਕੀ ਰੱਬ ਦਾ ਰੂਪ ਨਹੀਂ ਰਹੇ। ਸ਼ਾਸਤਰ ਆਖਦੇ ਨੇ ਜਦੋਂ ਜੀਵ ਪੈਦਾ ਹੁੰਦਾ ਹੈ, ਮਾਂ ਦੇ ਗਰਭ ਵਿੱਚੋਂ ਬਾਹਰ ਆਉਂਦਾ ਹੈ, ਤਾਂ ਬਾਹਰ ਚਾਰੋਂ ਤਰਫ ਮਾਇਆ ਵਿਆਪੀ ਹੋਈ ਹੈ ਔਰ ਉਹ ਮਾਇਆ ਦੇ ਵਿੱਚ ਲਪੇਟਿਆ ਜਾਂਦਾ ਹੈ। ਵਿਦੇਸ਼ਾਂ ਦੇ ਵਿੱਚ ਜਦੋਂ ਮੈਂ ਗਈ ਤਾਂ ਲੰਡਨ ਵਿੱਚ ਜਾਣ ਲੱਗਿਆ ਮੈਨੂੰ ਇਹ ਸਿੱਖਿਆ ਦਿੱਤੀ ਗਈ ਕਿ ਉੱਥੇ ਬੜੀ ਸਰਦੀ ਹੈ, ਕਿਸੇ ਵੇਲੇ ਵੀ ਕਮਰੇ ਤੋਂ ਬਾਹਰ ਨਿਕਲੋਗੇ ਤੇ ਸਰਦੀ ਆਪ ਨੂੰ ਪਕੜ ਲਏਗੀ, ਉੱਪਰ ਪਕੜ ਲਏਗੀ ਫਿਰ ਛੱਡੇਗੀ ਨਹੀਂ। ਤਾਂ ਭਾਵੇਂ ਕੜਕਦੀ ਧੁੱਪ ਨਿਕਲੀ ਹੋਵੇ ਪਰ ਇੱਕ ਕੰਮ ਕਰਨਾ, ਜੈਕਟ ਸਦਾ ਪਾਸ ਰੱਖਣਾ, ਪਤਾ ਨਹੀਂ ਕਿਹੜੇ ਵੇਲੇ ਠੰਡ ਲੱਗ ਜਾਏ ਕਿਉਂਕਿ ਇਲਾਕਾ ਹੀ ਇੰਨਾ ਠੰਡਾ। ਠੀਕ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਪਹਾੜੀ ਇਲਾਕੇ ਦੇ ਵਿੱਚ ਅਸੀਂ ਜਾਂਦੇ ਹਾਂ, ਇੱਥੇ ਪੰਜਾਬ ਵਿੱਚ ਕਿੰਨੀ ਵੀ ਗਰਮੀ ਪੈ ਰਹੀ ਹੋਵੇ ਪਰ ਪਹਾੜੀ ਇਲਾਕੇ ਵਿੱਚ ਬਰਫਾਂ ਪੈਣਗੀਆਂ ਤੇ ਆਪ ਜੀ ਨੂੰ ਸਰਦੀ ਲੱਗੇਗੀ ਹੀ ਲੱਗੇਗੀ। ਇਸ ਮਾਨਵ ਸਰੀਰ ਨੂੰ ਧਾਰਨ ਕੀਤਾ ਤਾਂ ਅਸੀਂ ਪਰਮ ਆਤਮਾ ਤੋਂ ਆਪਣੀ ਆਤਮਾ ਨੂੰ ਅਲੱਗ ਕਰਕੇ ਇਸ ਦੇ ਇੰਦਰੀਆਂ ਮਨ ਬੁੱਧੀ ਦੇ ਨਾਲ ਸੰਬੰਧ ਜੋੜ ਕੇ ਆਪਣੇ ਆਪ ਨੂੰ ਜੀਵਾਤਮਾ ਬਣਾ ਲਿਆ। ਕੁਛ ਵੀ ਕਰੋ, ਸ਼ਬਦ ਦਾ ਪ੍ਰਭਾਵ ਸਾਡੇ ਮਨਾਂ ਦੇ ਉੱਤੇ ਪੈਂਦਾ ਹੈ ਔਰ ਮਾਂ ਦੇ ਗਰਭ ਵਿੱਚੋਂ ਬਾਹਰ ਆਉਂਦਿਆਂ ਹੀ ਅਸੀਂ ਬਾਹਰ ਦੀਆਂ ਆਵਾਜ਼ਾਂ ਸੁਣੀਆਂ, ਤੇਰਾ ਇਹ ਨਾਮ ਹੈ, ਤੇਰੀ ਇਹ ਆਯੂ ਹੈ, ਤੇਰਾ ਇਹ ਸੰਬੰਧ ਹੈ, ਇਹ ਤੇਰੇ ਰਿਸ਼ਤੇਦਾਰ ਨੇ, ਇਹ ਤੇਰਾ ਆਪਣਾ ਹੈ, ਇਹ ਤੇਰਾ ਬਰਾਇਆ ਹੈ। ਸਭ ਸ਼ਬਦ ਦੇ ਜ਼ਰੀਏ ਅਸੀਂ ਅਨੇਕ ਤਰ੍ਹਾਂ ਦੇ ਸੰਬੰਧ ਜੋੜ ਬੈਠੇ ਔਰ ਕੂੜ ਨੂੰ ਪਕਾਉਂਦੇ ਪਕਾਉਂਦੇ ਇੱਕ ਦਿਨ ਇਸ ਕੂੜ ਨੂੰ ਸੱਚ ਸਮਝ ਬੈਠੇ। ਗੁਰੂ ਜੀ ਨੇ ਆਖਿਆ ਹੈ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਇਸ ਸੰਸਾਰ ਨੂੰ ਕਿਧਰੇ ਕੂੜ, ਕਿਧਰੇ ਝੂਠ, ਕਿਧਰੇ ਮਿੱਥਿਆ ਇਤੇ ਆਦਿ ਸ਼ਬਦਾਂ ਦੇ ਨਾਲ ਵਰਣਨ ਕੀਤਾ ਹੈ। ਪਰ ਚਿੰਤਾ ਨਾ ਕਰੋ, ਇਸ
झूठे संसार का मूल आधार सच है और उस सच नूं अगर असी पछाण लिया सच दे नाल साडा संबंध जुड़ गया ते असी भी सच्चे हो जावांगे। जिस तरह संस्कृत भाषा के अंदर कुछ उपसर्ग ने उन्हां उपसर्गां का अपना अर्थ नहीं पर उही उपसर्ग जदों किसी धातु दे नाल किसी शब्द दे नाल लग के आते हैं तो वह अर्थवान हो जाते हैं। ठीक इस तरह गिनती दे अंदर एक तो लैके नौ तक गिनती और जीरो नूं वैल्यूलैस मनिया गया। जीरो दे नाल जिहड़ा कोई संबंध जोड़ लैंदा ना वह भी जीरो हो जाता है जी अठ जरब जीरो जीरो। तो जीरो एक ऐसी चीज है जिसका कोई परपज नहीं पर यही जीरो जदों संख्या दे नाल मिल के आती है तो अनेक गुणा दस गुणा उसकी कीमत बढ़ाती जाती है। ठीक इस तरह यह मानव शरीर जो असी पंजां तत्तां द्वारा निर्मित इस शरीर नूं असी धारण किया है इस शरीर की वैल्यू नहीं जाए। पशु मरे दस काज सवारे नर मरे किछ काम ना आवे। खाना पीना हसना सोना विसर गया है मरना खसम विसार खुआरी किन्नी तरीक जीवन नहीं रहना। ਇਹ ਮਾਨਵ ਸਰੀਰ ਨਖਿੱਧ ਹੈ ਇੱਥੋਂ ਤੱਕ ਜਦੋਂ ਪ੍ਰਾਣੀ ਦੁਨੀਆਂ ਤੋਂ ਚਲਾ ਜਾਂਦਾ ਹੈ ਉਸ ਨੂੰ ਕੋਈ ਵਿਅਕਤੀ ਛੂ ਲਵੇ ਨਾ ਤੇ ਸਿਆਣੇ ਜਨ ਆਖਦੇ ਨੇ ਕਿ ਸ਼ਵ ਨਾਲ ਹੋ ਕੇ ਆਇਆ ਤੇ ਤੂੰ ਅਸ਼ੁੱਧ ਹੋ ਗਿਆ ਹੁਣ ਇਸ਼ਨਾਨ ਪਾਣੀ ਕਰ। ਉਹ ਤੇ ਅਸ਼ੁੱਧ ਹੋਇਆ ਉਸ ਨੂੰ ਜਿਹੜਾ ਹੋਰ ਛੂਲੇਗਾ ਉਹ ਵੀ ਅਸ਼ੁੱਧ ਹੋ ਜਾਏਗਾ। ਅਰਥਾਤ ਇਸ ਸਰੀਰ ਦੀ ਨਖਿੱਧਤਾ ਦਾ ਵਰਣਨ ਕੀਤਾ ਹੈ ਪਰ ਇਹੀ ਸਰੀਰ ਇਸ ਦੇ ਹੀ ਕੋ ਸਿਮਰੇ ਦੇਵ ਸੋ ਦੇ ਹੀ ਭਜ ਹਰ ਕੀਰਤ ਸੇਵ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਓ। ਇਹ ਸਰੀਰ ਜੋ ਇੰਨਾ ਨਖਿੱਧ ਹੈ ਉਹ ਅਤਿ ਕੀਮਤੀ ਵੀ ਆਖਿਆ ਕਿ ਦੇਵਤਾ ਆਦਿ ਵੀ ਇਸ ਸਰੀਰ ਨੂੰ ਤਰਸਦੇ ਨੇ। ਆਖਰ ਕੀ ਚੀਜ਼ ਹੈ ਜਿਸ ਕਰਕੇ ਇਸ ਸਰੀਰ ਨੂੰ ਦੇਵਤਾ ਵੀ ਤਰਸਦੇ ਨੇ? ਇੱਕ ਕੰਮ ਕਰ ਲਓਗੇ ਤੇ ਇਹ ਸਰੀਰ ਵੀ ਸਾਰਥਕ ਹੋ ਜਾਏਗਾ। ਇਹ ਸ਼ਿੰਗਾਰ ਕਰਦੀਆਂ ਨਾ ਔਰਤਾਂ ਬੜੀਆਂ ਸੁੰਦਰ ਲੱਗਦੀਆਂ ਔਰ ਸੁੰਦਰ ਲੱਗਣ ਵਾਸਤੇ ਕਰਦੀਆਂ ਨੇ ਕਰੋ ਮੁਬਾਰਕ ਹੈ ਪਰ ਸ਼ਿੰਗਾਰ ਹੁੰਦਾ ਕਿਹਦੇ ਵਾਸਤੇ ਜੇ ਪਤੀ ਵਾਸਤੇ। ਅੱਜ ਕੁਆਰੀਆਂ ਸ਼ਿੰਗਾਰ ਕਰਕੇ ਬੈਠੀਆਂ ਨੇ ਔਰ ਅਨੇਕ ਲੜਕੇ ਉਹਨਾਂ ਨੂੰ ਡਾਂਸਾਂ ਛੇੜਦੇ ਨੇ। ਲੜਕਿਆਂ ਨੂੰ ਬੁਰਾ ਆਖੋ ਪਰ ਆਪਣੇ ਵੱਲ ਵੀ ਤਾਂ ਝਾਤ ਮਾਰ ਕੇ ਦੇਖੋ। ਅਸੀਂ ਅਨੇਕ ਪ੍ਰਕਾਰ ਦਾ ਸ਼ਿੰਗਾਰ ਕਰ ਲਿਆ ਪਤੀ ਨਾਲ ਮੁਲਾਕਾਤ ਨਹੀਂ ਹੋਈ। ਗੁਰੂ ਜੀ ਨੇ ਆਖਿਆ ਕਾਮਨ ਤੋਂ ਸ਼ਿੰਗਾਰ ਕਰ ਜਾ ਪਹਿਲੇ ਕੰਤ ਮਨਾਏ ਮਤ ਸੇਜੇ ਕੰਤ ਨਾ ਆਵੇ ਬਿਰਤਾ ਐਵੇਂ ਜਾਏ। ਜੇ ਪਰ ਪਤੀ ਨਾਲ ਬਣ ਆਈ ਹੈ ਤੇ ਹਰ ਸ਼ਿੰਗਾਰ ਸਾਰਥਕ ਹੈ ਪਤੀ ਨਾਰਾਜ਼ ਹੈ ਤੇ ਸਭ ਵਿਅਰਥ ਹੈ। ਪਰਮੇਸ਼ਰ ਨਾਲ ਬਣ ਆਈ ਹੈ ਤੇ ਖਾਣਾ ਵੀ ਸਾਰਥਕ ਪਹਿਨਣਾ ਵੀ ਸਾਰਥਕ। ਇਹ ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ ਕਿਤ ਹੀ ਕੰਮ ਨ ਤੌਲ ਹਰ ਜਿਤ ਹਰ ਬਿਸਰਾਏ। ਮਾਨਵ ਸਰੀਰ 84 ਲੱਖ ਜੂਨੀਆਂ ਤੋਂ ਬਾਅਦ ਮਿਲਿਆ ਆਸਾਨ ਨਹੀਂ ਜੇ। ਅੱਜ ਸਾਨੂੰ ਜੋ ਚੀਜ਼ ਪ੍ਰਾਪਤ ਹੋ ਗਈ ਹੈ ਉਹ ਸਾਡੀ ਅੱਖ ਤੋਂ ਉਹ ਲਿਓ ਜਾਂਦੀ ਹੈ ਪਰ ਯਾਦ ਰੱਖਣਾ ਇਹ ਮਾਨਵ ਸਰੀਰ ਨੂੰ ਧਾਰਨ ਕਰਨਾ ਕੋਈ ਇੰਨਾ ਆਸਾਨ ਨਹੀਂ ਹੈ। 84 ਲੱਖ ਦੁਨੀਆਂ ਦੇ ਬਾਅਦ ਜਦੋਂ ਜੀਵ ਦੇ ਪੁੰਨ ਉਦੇ ਹੁੰਦੇ ਨੇ ਪਰਮੇਸ਼ਰ ਦੀ ਈਸ਼ਵਰ ਦੀ ਕਿਰਪਾ ਹੁੰਦੀ ਫਿਰ ਮਾਨਵ ਸਰੀਰ ਮਿਲਦਾ ਹੈ। ਅੱਜ ਅਗਰ ਅਸੀਂ ਇੰਨਾ ਕੀਮਤੀ ਸਰੀਰ ਲੈ ਹੀ ਲਿਆ ਹੈ ਚਾਰ ਕਿਰਪਾ ਸ਼ਾਸਤਰ ਨੇ ਆਖੀਆਂ ਨੇ ਈਸ਼ਵਰ ਕਿਰਪਾ ਗੁਰੂ ਕਿਰਪਾ ਸ਼ਾਸਤਰ ਕਿਰਪਾ ਔਰ ਚੌਥੀ ਕਿਰਪਾ ਆਪਣੇ ਤੇ ਆਪ ਕਿਰਪਾ। ਈਸ਼ਵਰ ਦੀ ਕਿਰਪਾ ਦੇ ਨਾਲ ਮਾਨਵ ਸਰੀਰ ਪ੍ਰਾਪਤ ਹੋ ਗਿਆ। ਸ਼ਾਸਤਰ ਦੀ ਕਿਰਪਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡੇ ਸਨਮੁਖ ਹੈ। ਜ਼ਰੂਰਤ ਹੈ ਗੁਰੂ ਦੀ ਕਿਰਪਾ ਦੇ ਪਾਤਰ ਬਣਨ ਦੀ। ਗੁਰੂ ਕਿਰਪਾ ਪ੍ਰਾਪਤ ਹੋ ਜਾਏ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ। ਜਿਸ ਵਿਅਕਤੀ ਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਏ ਉਸਨੂੰ ਆਖਦੇ ਨੇ ਗੁਰੂ ਪ੍ਰਸਾਦ। ਇਹ ਸਾਰੀਆਂ ਕਿਰਪਾ ਦੇ ਨਾਲ ਨਾਲ ਜਦ ਤੱਕ ਆਪਣੀ ਕਿਰਪਾ ਆਪ ਨਹੀਂ ਕਰਾਂਗੇ ਨਾ ਤਦ ਤੱਕ ਗੱਲ ਨਹੀਂ ਜੇ ਬਣੇਗੀ। ਬੜਾ ਸੁੰਦਰ ਰਜਿੰਦਰ ਸਿੰਘ ਜੀ ਮੋਨੀ ਜੀ ਨੇ ਉਪਰਾਲਾ ਕੀਤਾ ਹੈ ਔਰ ਸਭ ਤੋਂ ਪਹਿਲੇ ਆਉਂਦਿਆਂ ਕੀ ਕਰਦੇ ਨੇ ਲੰਗਰ ਖਵਾਉਂਦੇ ਨੇ। ਆਓ ਪਹਿਲੇ ਪੰਗਤ ਫਿਰ ਸੰਗਤ। ਚੰਗੀ ਗੱਲ ਹੈ ਅੱਛਾ ਪ੍ਰਯਾਸ ਹੈ ਪਰ ਜੇ ਅਸੀਂ ਆਪ ਹੀ ਨਾ ਮੂੰਹ ਖੋਲੀਏ। ਬਣਾ ਦਿੱਤਾ ਪਲੇਟ ਵਿੱਚ ਪਰੋਸ ਦਿੱਤਾ ਹੱਥ ਵੀ ਧਵਾ ਦਿੱਤੇ ਮੂੰਹ ਵਿੱਚ ਵੀ ਕੋਈ ਜ਼ਬਰਦਸਤੀ ਪਾ ਦੇਗਾ ਪਰ ਖਾਣਾ ਤੇ ਆਪ ਨੂੰ ਪਏਗਾ ਨਾ। ਠੀਕ ਇਸੇ ਤਰ੍ਹਾਂ ਤਿੰਨ ਕਿਰਪਾ ਹੋ ਚੁੱਕੀਆਂ ਨੇ ਪਰ ਜੇ ਆਪਣੇ ਤੇ ਆਪ ਕਿਰਪਾ ਨਾ ਕੀਤੀ ਆਪਣੇ ਇਸ ਮਨ ਦੇ ਅੰਦਰ ਕਹਿੰਦੇ ਨੇ ਕੀੜੀ ਦੂਸਰੇ ਕੀੜੀ ਨੂੰ ਹਲਵਾਈ ਦੀ ਦੁਕਾਨ ਤੇ ਲੈ ਗਈ ਕਿ
ਕਿ ਆ ਰੋਜ ਪੰਸਾਰੀ ਦੀ ਦੁਕਾਨ ਤੋਂ ਲੂਣਾ ਖਾਣੀ ਹੈ, ਅੱਜ ਮੇਰੇ ਨਾਲ ਆ ਮੈਂ ਮਿੱਠਾ ਖਵਾਨੀ ਆ, ਪਰ ਉਸ ਦੀ ਬਦਕਿਸਮਤੀ ਦੇਖੋ ਕਿ ਹਲਵਾਈ ਦੀ ਦੁਕਾਨ ਤੇ ਮਠਿਆਈਆਂ ਖਾਂਦੀ ਹੋਈ ਵੀ ਲੂਣਾ ਹੀ ਖਾ ਰਹੀ। ਪੁੱਛਿਆ ਕਾਰਨ ਕੀ ਹੈ ਹਲਵਾਈ ਦੀ ਦੁਕਾਨ ਔਰ ਲੂਣਾ? ਕਹਿੰਦੀ ਮੈਨੂੰ ਤੇਰੇ ਤੇ ਭਰੋਸਾ ਨਹੀਂ ਸੀ, ਮਤ ਭੁੱਖਿਆ ਹੀ ਨਾ ਮਾਰ ਦੇਵੇ, ਮੈਂ ਲੂਣ ਦੀ ਡਲੀ ਨਾਲ ਲਈ, ਉਹ ਮੂੰਹ ਚ ਪਾ ਕੇ ਮਠਿਆਈਆਂ ਖਾਂਦੀ ਰਹੀ ਖਾਂਦੀ ਰਹੇ ਮਠਿਆਈਆਂ। ਜਦ ਤੱਕ ਮੂੰਹ ਦੀ ਲੂਣ ਦੀ ਡੱਲੀ ਤੂੰ ਨਹੀਂ ਨਿਕਾਲਦੀ ਤਦ ਤੱਕ ਤੈਨੂੰ ਮਿੱਠੇ ਦਾ ਸਵਾਦ ਨਹੀਂ ਆਵੇਗਾ। ਠੀਕ ਇਸੇ ਤਰ੍ਹਾਂ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਰਦਗਾਰ, ਪਹਿਲੇ ਬਣੀ ਪ੍ਰਾਰੰਭ ਪਾਛੇ ਬਣਾ ਸਰੀਰ, ਸਰੀਰ ਤੋਂ ਪਹਿਲੇ ਪਰਮੇਸ਼ਰ ਨੇ ਖਾਣ ਪੀਣ ਦਾ ਇੰਤਜ਼ਾਮ ਕਰਕੇ ਰੱਖਿਆ। ਜਰਾ ਸਾਧੂ ਬਣ ਕੇ ਤਾਂ ਦੇਖੋ, ਜਰਾ ਉਸ ਲਈ ਜੀਵਨ ਨੂੰ ਤਿਆਗ ਕੇ ਤਾਂ ਦੇਖੋ। ਇੱਕ ਲੜਕੀ ਆਪਣਾ ਘਰ ਬਾਰ ਛੋੜ ਕੇ ਪਤੀ ਦੇ ਲੜ ਲੱਗ ਜਾਂਦੀ ਹੈ, ਡਾਕਟਰ ਦੇ ਘਰ ਜਾਂਦੀ ਹੈ ਤੇ ਅਨਪੜ੍ਹ ਵੀ ਡਾਕਟਰ ਨਹੀਂ ਬਣ ਜਾਂਦੀ ਹੈ, ਵਕੀਲ ਦੇ ਘਰ ਜਾਂਦੀ ਤੇ ਵਕੀਲ ਨਹੀਂ ਬਣ ਜਾਂਦੀ, ਕਿਸੇ ਦੇ ਲੜ ਤੇ ਲੱਗ ਕੇ ਵੇਖੋ। ਸੱਚਮੁੱਚ ਅਬ ਸੌਂਪ ਦਿਆ ਹੈ ਇਸ ਜੀਵਨ ਕਾ ਸਭ ਭਾਰ ਤੁਮਾਰੇ ਹੱਥੋਂ ਮੇ, ਗੁਰਬਾਣੀ ਨੇ ਕਿਹਾ ਅਬ ਹਮ ਚਲੀ ਠਾਕੁਰ ਪੈ ਹਰ ਲੋਗਨ ਕੀ ਚਤਰਾਈ ਉਪਮਾ ਤੇ ਮੈਂ ਸੰਤਰ ਡਰ। ਅਰੇ ਪਰਮੇਸ਼ਰ ਨੂੰ ਆਪਣਾ ਆਪ ਸਮਰਪਿਤ ਤਾਂ ਕਰਕੇ ਦੇਖੋ। ਸੱਚਮੁੱਚ ਜਦ ਮੈਂ ਮੋਨੀ ਜੀ ਦੇ ਜੀਵਨ ਵੱਲ ਵੇਖਿਆ, ਬੜੇ ਚਿਰ ਕਾਲ ਤੋਂ ਮੇਰੇ ਬਾਬਾ ਜੀ ਇਹਨਾਂ ਤੇ ਪ੍ਰਸੰਨ ਸਨ। ਸੱਚਮੁੱਚ ਮੇਰੇ ਬਾਬਾ ਜੀ ਜਿਨ੍ਹਾਂ ਨੇ ਮੈਨੂੰ ਵਿਦਿਆ ਦਿੱਤੀ, ਪੂਜੇ ਸੰਤ ਪ੍ਰੀਤਮ ਹਰੀ ਜੀ, ਬਹੁਤ ਸਾਰਿਆਂ ਨੂੰ ਉਹਨਾਂ ਨੇ ਨਜ਼ਰਾਂ ਦੇ ਨਾਲ ਖੁਸ਼ ਹੋ ਕੇ ਬਹੁਤ ਕੁਛ ਦੇ ਦਿੱਤਾ। ਮੈਨੂੰ ਉਹ ਦਿਨ ਯਾਦ ਨੇ, ਉਹ ਇਹਨਾਂ ਦੇ ਭੋਲੇ ਭਾਲੇ ਚਿਹਰੇ ਤੇ ਭੋਲੀ ਭਾਲੀ ਵੇਸ਼ਭੂਸ਼ਾ ਤੇ ਬੜੇ ਪ੍ਰਸੰਨ ਸਨ, ਔਰ ਇਹਨਾਂ ਨੂੰ ਦਿੱਲੀ ਬਾਹਰੋਂ ਵੀ ਔਰ ਦਿੱਲੀ ਵੀ ਬਹੁਤ ਕੁਛ ਉਹਨਾਂ ਨੇ ਦਿੱਤਾ, ਔਰ ਅੱਜ ਇਹਨਾਂ ਦਾ ਇਹ ਪਵਿੱਤਰ ਸਥਾਨ ਦੇਖ ਕੇ ਮੇਰਾ ਦਿਲ ਵੀ ਖੁਸ਼ ਹੋਇਆ ਹੈ ਕਿ ਸੱਚਮੁੱਚ ਕੋਈ ਰੱਬ ਲਈ ਨਿਕਲਿਆ ਹੈ ਤੇ ਕੋਈ ਕਮੀ ਰਹਿੰਦੀ ਹੈ। ਅਰੇ ਤੁਸੀਂ ਨਿਕਲ ਕੇ ਤਾਂ ਦੇਖੋ, ਇਹ ਪਰਿਵਾਰ ਨੂੰ ਪਾਲਣਾ ਕਰਦੇ ਹੋ, ਬੱਚਿਆਂ ਨੂੰ ਪੈਦਾ ਕਰਦੇ ਹੋ, ਪਰਮਾਤਮਾ ਇਹਨਾਂ ਦਾ ਹਿੱਸਾ ਦਿੰਦਾ ਹੈ, ਤੇ ਜੇ ਤੁਸੀਂ ਰੱਬ ਦੇ ਹੋ ਜਾਓਗੇ ਕੀ ਤੁਹਾਨੂੰ ਨਹੀਂ ਦੇਗਾ? ਉਹ ਬਹੁਤ ਕੁਛ ਦਿੰਦਾ ਹੈ। ਦੇਖੋ 84 ਕੁਟੀਆਂ, ਔਰ ਸਭ ਤੋਂ ਵਧੀਆ ਇੰਤਜ਼ਾਮ ਕੀ ਹੈ ਸਿਮਰਨ ਦਾ, ਔਰ ਅੱਜ ਪਿਰਾਮਿਡ ਦਾ ਜੋ ਵੀ ਭਵਨ ਬਣਨ ਜਾ ਰਿਹਾ ਹੈ ਕੌਣ ਦੇ ਰਿਹਾ ਹੈ? ਪਰਮਾਤਮਾ ਦੇ ਰਿਹਾ ਹੈ। ਔਰ ਇੱਕ ਪ੍ਰੇਰਣਾ ਦਾ ਸਰੋਤ ਹੈ ਕਿ ਮਾਨਵ ਸਰੀਰ ਅਸੀਂ ਪ੍ਰਾਪਤ ਕਰ ਲਿਆ, ਤਿੰਨੇ ਕਿਰਪਾ ਸਾਡੇ ਤੇ ਹੋ ਚੁੱਕੀਆਂ ਨੇ, ਫਿਰ ਜੇ ਨਾ ਪ੍ਰਭੂ ਦੇ ਲੜ ਲੱਗੇ, ਫਿਰ ਜੇ ਨਾ ਸਿਮਰਨ ਨੂੰ ਆਪਣਾ ਗਹਿਣਾ ਬਣਾਇਆ, ਤੇ ਫਿਰ ਸਮਝੋ ਬਦਕਿਸਮਤੀ ਹੈ। ਔਰ ਸਿਮਰਨ ਦਾ ਫਲ ਕੀ ਜੇ? ਇੱਕ ਫਲ ਹੈ ਜੇ ਇੱਕ ਪਰਮਾਤਮਾ ਦਾ ਸਿਮਰਨ ਕਰਦੇ ਕਰਦੇ ਪਰਮਾਤਮਾ ਰੂਪ ਹੋ ਜਾਓਗੇ, ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇਰਾ ਨਾ ਹੂੰ, ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ। ਔਰ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾਕੀ ਕੋਈ ਨਾ ਮੇਟੇ ਦਾਤ। ਅਰੇ ਗੁਰੂ ਵਾਲੇ ਬਣੋ, ਗੁਰੂ ਤੇ ਅੱਗੇ ਤੁਹਾਡੀ ਰਾਹ ਦੇਖਦੇ ਨੇ, ਜਿਸ ਤਰ੍ਹਾਂ ਤੁਸੀਂ ਔਰਤਾਂ ਆਪਣੇ ਬੱਚੇ ਦੀ ਰਾਹ ਵੇਖਦੀਆਂ ਹੋ। ਜਰਾ ਸੰਧਿਆ ਹੋ ਜਾਏ ਸਹੀ, ਸਕੂਲ ਤੋਂ 5 ਮਿੰਟ ਬੱਚਾ ਲੇਟ ਹੋ ਜਾਏ, 2 ਮਿੰਟ ਲੇਟ ਹੋ ਜਾਏ ਤੇ ਬਾਹਰ ਅੰਦਰ ਸਬਰ ਨਹੀਂ ਆਉਂਦਾ, ਬਾਹਰ ਦਰਵਾਜ਼ੇ ਤੇ ਜਾਓਗੇ ਕਿ ਕਦੋਂ ਮੇਰਾ ਲਾਲ ਆਵੇ, ਮੇਰੇ ਗੱਲ ਨਾ ਲੱਗੇ। ਪਰਮਾਤਮਾ ਵੀ ਸਾਡੀ ਇੰਤਜ਼ਾਰ ਕਰਦੇ ਨੇ ਕਿ ਕਦੋਂ ਇਹ ਜੀਵ ਮੇਰੇ ਕੋਲ ਆਵੇ, ਫਿਰ ਵੇਖੋ ਨਵਨਿਧੀ 18 ਸਿੱਧੀ ਪਿੱਛੇ ਲੱਗ, ਫਿਰ ਦੇਖੋ ਸਭ ਕੁਛ ਆਉਂਦਾ ਕਿ ਨਹੀਂ। ਤੂੰ ਤਿਆਗ ਤੇ ਸਹੀ, ਹੱਥ ਦੀਆਂ ਠੀਪੀਆਂ ਛੱਡ ਤੇ ਸਹੀ, ਫਿਰ ਦੇਖੀਰੇ ਤੇਰੇ ਕੋਲ ਆਉਂਦੇ ਕਿ ਨਹੀਂ। ਇਸ ਮਨ ਦੇ ਵਿੱਚੋਂ ਇਸ ਸੰਸਾਰ ਨੂੰ ਵਿਸਾਰ ਕੇ ਤਾਂ ਦੇਖ, ਪਰਮੇਸ਼ਰ ਤੇ ਪਹਿਲੇ ਹੀ ਤੇਰੇ ਮਨ ਦੇ ਅੰਦਰ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਇਸ ਮਨ ਦੀ ਸੋਝੀ ਲੈਣੀ ਚਾਹੀਦੀ ਹੈ। ਅੰਤਰਮੁਖ ਹੋਣ ਦਾ ਪ੍ਰਯਤਨ ਕਰਨਾ ਚਾਹੀਦਾ ਹੈ। ਬਾਹਰ ਸੰਸਾਰ ਸਭ ਦੇਖਿਆ ਇਹ ਦਵਿਤੀਯ ਹੈ, ਪਰ ਅੰਦਰ ਜੋ ਬੈਠਾ ਹੈ ਪਰਮਾਤਮਾ, ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ, ਬਾਹਰ ਵਸਤ ਨਾ ਪਾਲ। ਸੱਚਮੁੱਚ ਮੇਰਾ ਕਦੀ ਕਦੀ ਮਨ ਕਰਦਾ ਕਿ ਇੰਨੇ ਮਹਿਲਾਂ ਦੇ ਨਾਲੋਂ ਐਸੀ ਕੁਟੀਆ ਹੋਣੀ ਚਾਹੀਦੀ ਜਿੱਥੇ ਬ੍ਰਹਮ ਗਿਆਨ ਦਾ ਵਿਸਫੋਟ ਹੋਵੇ, ਉਹ ਧਰਤੀ ਵੀ ਧਨ ਹੋ ਜਾਂਦੀ ਹੈ। ਅੱਛਾ ਲੱਗਾ, ਅੱਛਾ ਪ੍ਰਯਾਸ ਕਰ ਰਹੇ ਨੇ ਸਿਮਰਨ ਕਰਵਾਉਣ ਦਾ, ਵੱਧ ਤੋਂ ਵੱਧ ਸਾਨੂੰ ਸਹਿਯੋਗ ਦੇਣਾ ਚਾਹੀਦਾ ਹੈ ਔਰ ਸਿਮਰਨ ਦੇ ਲੜ ਲੱਗਣਾ ਚਾਹੀਦਾ ਹੈ। ਸਾਧਕ ਦੇ 5 ਗਹਿਣਿਆਂ ਵਿੱਚੋਂ 3 ਗਹਿਣਾ ਜੇ ਸਿਮਰਨ, ਤਾਂ ਸਿਮਰਨ ਦੀ ਮਹੱਤਤਾ ਤਾਂ ਪਤਾ ਲੱਗੇਗੀ ਜੇ ਪਹਿਲਾ ਗਹਿਣਾ ਸੰਤ ਸੇਵਾ ਤੇ ਦੂਸਰਾ ਸੰਤ ਸੰਗਤ ਕਰਾਂਗੇ, ਫਿਰ ਵਿਵੇਕ ਦੀ ਪ੍ਰਾਪਤੀ ਹੋਏਗੀ ਤੇ ਫਿਰ ਸਿਮਰਨ ਵਿੱਚ ਮਨ ਲੱਗੇਗਾ। ਔਰ ਗੁਰੂ ਜੀ ਨੇ ਤਾਂ ਆਖਿਆ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਜੀ। ਇਸੇ ਕਰਕੇ ਸਦਾ ਇਹੀ ਅਰਦਾਸ ਕਰਿਆ ਕਰੋ ਕਿ ਹੇ ਪਰਮਾਤਮਾ, ਐਸਾ ਸਹਿਯੋਗ ਬਖਸ਼ੀ ਜਿਸ ਨਾਲ ਤੇਰਾ ਨਾਮ ਚਿੱਤੇ ਆਵੇ,
अंत विच आओ मिल के अरदास करिए। हे अकाल पुरख से प्यारे मेल जिन्हें मिले तेरा आराम चिते आवे नानक नाम चढ़ती कला तेरे पाने सरबत दा भला वाहिगुरु जी का वाहिगुरु जी का खालसा वाहिगुरु जी की फतेह। ये सन परम सत्कार योग स्वामी सतप्रीत हरि जी अमृतसर वाले जेडे आप संगतां नूं बहुत ही सुंदर चर्चा श्रवण करवा रहे सन। मन तो जोत सुरूप है अपना मूल पहचान साध संगत जी असी अपने मूल नूं छड करके दिन रात बाहर नूं दौड़दे हाँ। जदों असी अपने मूल वल गति करांगे अपने निज सुरूप नूं पहचाणांगे जिस दे बारे स्वामी जी दस रहे सन कि जेडे इस मनुख जन्म नूं देवी देवता भी तरसदे इस देही कौ सिमरै देव सो देही भज हर की सेव। ये जिहड़ा सानू शरीर मिलिया है परम पिता परमात्मा अकाल पुरख वाहिगुरु की सेवा वास्ते मिलिया है सिमरन वास्ते मिलिया है। इस वास्ते भाई असी सेवा करिए सिमरन करिए अपने मनुख जन्म नू सफल करिए। सो उन्हां दा बहुत बहुत तहे दिलों धन्नवाद है। हुण मैं बेनती करां परम सत्कार योग संत बाबा बलबीर सिंह जी टूटो मजारे वाले ओ 10 मिनट वास्ते आप संगतां नूं गुरमत विचारा श्रवण करवा के निहाल करनगे अते सानूं दर्शन दे के कृतार्थ कर रहे हन। परम सत्कार योग संत बाबा रणजीत सिंह जी बाहोवाल वाले परम सत्कार योग संत ऋषि राज जी हुण परम सत्कार योग संत बलबीर सिंह जी टूटो मजारे वाले। सतनाम श्री वाहे गुरु जी। काहू को भरोसो है जमीन को जमाने बीच काहू को भरोसो जोर चाकरी जहाज पर काहू को परोसो भारी शाह पात शाह मीत काहू को परोसो है कुटुंबी करे काज पै काहू को परोसो काहू को परोसो देव बानी आर पारसी पह काहू को परोसो संत गिरी की मजाज पै काहू को परोसो काहू को परोसो चार चात्री चलाकी चौख मोको तो परोसो एक ग्रंथ महाराज पै वाहिगुरु जी का खालसा वाहिगुरु जी की फतेह। सत्कार योग साध संगत जी धन तारे योग हो जितने भी आप माई भाई काफी समय तो सतगुरां दी पावन पवित्र हजूरी विच सतगुरां तो वरोसाए महापुरश ब्रह्मलीन श्रीमान संत महाराज संत बाबा दलेर सिंह जी जन्म अस्थान निर्मल कुटिया टूटो मजारा वाले उन्हां दे चरण सेवक सत्कार योग श्रीमान संत बाबा रजिंदर सिंह मोनी जी दे उद्दम प्रशार्थ दा सदका काफी समय तो खट दर्शन साधु समाज दे तत बेते महापुरशां कोलों गुरमत विचारां सरवण करके अपने समय अते स्वासां नूं सफलियां बना रहे हो उत्तम कर्मां वाले हो। गुरु घर दे विच जेकर साध सिंह जी देखिए तां सेवा वाले गुरमुख प्यारियां दी भी कोई कमी नहीं कार सेवा वाले गुरमुख प्यारे महापुरश बोल रहे सन कि अस्थान गुरु घर बड़े बड़े वड्डे बनते जा रहे ने। सेवा वाले गुरमुख प्यारियां दी भी कोई कमी नहीं है पिटावां अर्पण करन वालियां दी भी कोई कमी नहीं है
ਬੰਦਗੀ ਕਰਨ ਵਾਲੇ ਮਹਾਂਪੁਰਸ਼ਾਂ ਦੀ ਵੀ ਸਾਧ ਸੰਗ ਜੀਓ ਕੋਈ ਕਮੀ ਨਹੀਂ। ਜੇਕਰ ਆਪਾਂ ਬੰਦਗੀ ਦਾ ਜ਼ਿਕਰ ਕਰੀਏ ਸਾਧ ਸੰਗ ਜੀਓ, ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕ ਸਰ ਕਲੇਰਾਂ ਵਾਲੇ, ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਧੰਨ ਬਾਬਾ ਹਰਨਾਮ ਸਿੰਘ ਜੀ ਦਿਆਣ ਵਾਲੇ, ਬੇਅੰਤ ਹੋਰ ਮਹਾਂਪੁਰਸ਼, ਧੰਨ ਬਾਬਾ ਦਲੇਰ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਬੰਦਗੀ ਆਪਣੀ ਮਿਸਾਲ ਆਪ ਸੀ। ਜਦੋਂ ਨਿਰਮਲ ਕੁਟੀਆ ਸ਼ੰਭ ਵਾਲੇ ਪਾਂਡਵੇ ਵਿਖੇ ਮਹਾਂਪੁਰਸ਼ ਬੰਦਗੀ ਕਰਿਆ ਕਰਦੇ ਸਨ, ਉਹਨਾਂ ਦੇ ਸਮਕਾਲੀ ਗੁਰਮੁਖ ਪਿਆਰੇ ਅੱਜ ਵੀ ਉਹ ਸੰਸਾਰ ਵਿੱਚ ਹਨ। ਉਹ ਬਚਨ ਸੁਣਾਇਆ ਕਰਦੇ ਸਨ, ਕਹਿੰਦੇ ਜਦੋਂ ਅਸੀਂ ਮਹਾਂਪੁਰਸ਼ਾਂ ਨੂੰ ਅੰਮ੍ਰਿਤ ਵੇਲੇ ਚਾਹ ਦੇਣ ਜਾਣਾ ਨਾ, ਕਮਾਦੀ ਵਿੱਚ ਬੈਠਿਆਂ ਨੂੰ, ਮਹਾਂਪੁਰਸ਼ਾਂ ਨੇ ਰਾਤ ਨੂੰ ਕਮਾਦੀ ਦਾ ਉੱਪਰੋਂ ਮੂਢਾ ਬੰਨ੍ਹ ਕੇ ਵਿੱਚ ਬੈਠ ਜਾਣਾ, ਠੰਡ ਦੇ ਦਿਨ ਪੋ ਮਾਘ ਦੀਆਂ ਰਾਤਾਂ ਦੇ ਵਿੱਚ ਧੰਨ ਬਾਬਾ ਦਲੇਰ ਸਿੰਘ ਜੀ ਨੇ ਬਾਹਰ ਕਮਾਦਾਂ ਵਿੱਚ ਬੈਠ ਕੇ ਬੰਦਗੀ ਕੀਤੀ। ਉਹ ਦੱਸਦੇ ਨੇ ਗੁਰਮੁਖ ਪਿਆਰੇ, ਕਹਿੰਦੇ ਜਦੋਂ ਅਸੀਂ ਮਹਾਂਪੁਰਸ਼ਾਂ ਨੂੰ ਸਵੇਰੇ ਅੰਮ੍ਰਿਤ ਵੇਲੇ ਚਾਹ ਲੈਣ ਲੈ ਕੇ ਜਾਣਾ, ਦਰਸ਼ਨ ਕਰਨ ਵਾਸਤੇ ਜਾਣਾ, ਤਾਂ ਉਹਨਾਂ ਦੇ ਸਰੀਰ ਦੇ ਉੱਪਰ 2-2 ਇੰਚ ਬਰਫ਼ ਚੜ੍ਹੀ ਹੁੰਦੀ ਸੀ। ਇਤਨੀ ਮਹਾਂਪੁਰਸ਼ਾਂ ਨੇ ਬੰਦਗੀ ਕੀਤੀ। ਉਹ ਬੰਦਗੀ ਦੇ ਵਿੱਚੋਂ ਕਣੀ ਸਾਧ ਸਿੰਘ ਜੀ ਲਈ ਆ ਧੰਨ। ਸਤਿਕਾਰਯੋਗ ਬਾਬਾ ਰਜਿੰਦਰ ਸਿੰਘ ਮੋਹਨੀ ਜੀ ਨੇ ਜਿਹੜੀਆਂ ਆਪ ਸਰਬੱਤ ਸੰਗਤਾਂ ਨੂੰ ਵੰਡਦੇ ਨੇ। ਬੇਅੰਤ ਗੁਰਮੁਖ ਪਿਆਰੇ ਨੇ ਭੇਟਾਵਾਂ ਅਰਪਣ ਕਰਨ ਵਾਲੇ, ਕੋਈ ਰਮਾਲਾ ਸਾਹਿਬ ਗੁਰੂ ਸਾਹਿਬ ਨੂੰ ਭੇਟਾ ਕਰਦਾ ਹੈ, ਕੋਈ ਚੌਰ ਸਾਹਿਬ ਭੇਟਾ ਕਰਦਾ ਹੈ, ਕੋਈ ਪਾਲਕੀ ਸਾਹਿਬ ਭੇਟਾ ਕਰਦਾ ਹੈ। ਅਚਲ ਬਟਾਲੇ ਦੀ ਧਰਤੀ 'ਤੇ ਸਾਧ ਸੰਗਤ ਜੀ ਗੁਰਮੁਖ ਪਿਆਰਾ ਸਤਿਗੁਰਾਂ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ, ਕੀ ਦੇਖਿਆ? ਬੇਅੰਤ ਸੰਗਤਾਂ ਸਤਿਗੁਰਾਂ ਨੂੰ ਭੇਟਾਵਾਂ ਅਰਪਣ ਕਰਦੀਆਂ ਨੇ, ਜੇਬਾਂ ਵਿੱਚ ਹੱਥ ਮਾਰਿਆ, ਕੋਈ ਪੈਸਾ ਧੇਲਾ ਨਹੀਂ, ਸਤਿਗੁਰਾਂ ਨੂੰ ਅਰਪਣ ਕਰਨ ਵਾਸਤੇ। ਨਾਲ ਉਸਦਾ ਪੁੱਤਰ ਸੀ ਸਾਧ ਸੰਗਤ ਜੀ। ਜਦੋਂ ਉਸ ਦੀ ਵਾਰੀ ਆਈ ਦਰਸ਼ਨ ਕਰਨ ਦੀ, ਚਰਨਾਂ 'ਤੇ ਨਮਸਕਾਰ ਕਰਨ ਦੀ, ਮਨ ਵਿੱਚ ਸੋਚਿਆ ਕਿ ਮੇਰੇ ਕੋਲ ਤਾਂ ਕੋਈ ਭੇਟਾ ਅਰਪਣ ਕਰਨ ਵਾਸਤੇ ਹੈ ਹੀ ਨਹੀਂ, ਆਪਣੇ ਪੁੱਤਰ ਦਾ ਬਾਂਹ ਹੀ ਸਤਿਗੁਰਾਂ ਨੂੰ, ਸਾਧ ਸੰਗਤ ਜੀ ਆਪਣੇ ਪੁੱਤਰ ਦੀ ਬਾਂਹ ਹੀ ਸਤਿਗੁਰਾਂ ਨੂੰ ਪਕੜਾ ਦਿੱਤੀ, ਜਿਸ ਦਾ ਇਤਿਹਾਸ ਵਿੱਚ ਨਾਮ ਭਾਈ ਸੰਗਤਿਆ ਆਉਂਦਾ। ਦਰਬਾਰ ਸਾਹਿਬ ਹਰ ਰੋਜ਼ ਸਾਧ ਸੰਗਤ ਜੀ ਸ੍ਰੀ ਅੰਮ੍ਰਿਤਸਰ ਸਾਹਿਬ 51,000 ਦਾ ਚੰਦੋਆ ਸਾਹਿਬ ਅਤੇ 51,000 ਦਾ ਰਮਾਲਾ ਸਾਹਿਬ ਹਰ ਰੋਜ਼ ਸੰਗਤਾਂ ਵੱਲੋਂ ਸਤਿਗੁਰਾਂ ਨੂੰ ਭੇਟਾ ਹੁੰਦਾ। ਬੇਅੰਤ ਨੇ ਗੁਰਮੁਖ ਪਿਆਰੇ ਪਰ ਸਾਧ ਸੰਗਤ ਜੀ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਪਣਾ ਸੀਸ ਹੀ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਕਰ ਦਿੱਤਾ। ਪਰ ਸਾਧ ਸੰਗਤ ਜੀ ਜਿਹੜੀ ਭੇਟਾ ਸਤਿਗੁਰੂ ਆਪ ਹੁਕਮ ਕਰਦੇ ਨੇ ਕਿ ਗੁਰਸਿੱਖ ਨੇ ਕਿਹੜੀ ਭੇਟਾ ਸਾਨੂੰ ਕਰਨੀ ਹੈ, ਉਸ ਤੋਂ ਅਸੀਂ ਦਿਨ ਪ੍ਰਤੀ ਦਿਨ ਅਵੇਸਲੇ ਹੁੰਦੇ ਜਾ ਰਹੇ ਹਾਂ। ਜਪਜੀ ਸਾਹਿਬ ਦੀ ਬਾਣੀ ਇਹ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਿੱਧਾਂ ਨਾਲ ਗੋਸ਼ਟ ਹੈ। ਅਚਲ ਬਟਾਲੇ ਦੀ ਧਰਤੀ 'ਤੇ ਸੁਮੇਰ ਪਰਬਤ 'ਤੇ ਅਤੇ ਨਾਨਕ ਮਤਾ ਜਿਸ ਦਾ ਨਾਮ ਪਹਿਲਾਂ ਗੋਰਖ ਮਤਾ ਸੀ, ਤਿੰਨ ਜਗ੍ਹਾ 'ਤੇ ਸਤਿਗੁਰਾਂ ਦੀ ਸਿੱਧਾਂ ਦੇ ਨਾਲ ਮਿਲਾਪ ਹੋਇਆ। ਸਾਧ ਸੰਗਤ ਜੀ ਉਹ ਪਹਿਲਾਂ ਤਾਂ ਸਿੱਧਾਂ ਨੇ ਬੜੇ ਸਿੰਘ ਫਸਾਏ, ਬੜੀਆਂ ਕਰਾਮਾਤਾਂ ਦਿਖਾਈਆਂ, ਜਦੋਂ ਹਾਰ ਗਏ ਥੱਕ ਗਏ ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਸਿੱਧਾਂ ਨੇ ਪ੍ਰਸ਼ਨ ਕੀਤੇ। ਉਹਨਾਂ ਪ੍ਰਸ਼ਨਾਂ ਦਾ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿੱਤਾ, ਉੱਤਰ ਦਿੱਤਾ, ਉਹ ਹੈ ਸ੍ਰੀ ਜਪਜੀ ਸਾਹਿਬ। ਸਿੱਧ ਪ੍ਰਸ਼ਨ ਕਰਦੇ ਨੇ, ਹੇ ਨਾਨਕ ਤਪਾ, ਜਦੋਂ ਜਦੋਂ ਉਹ ਪਰਮ ਪਿਤਾ ਪਰਮਾਤਮਾ ਦੇ ਸਾਨੂੰ ਦਰਸ਼ਨ ਹੋਣ, ਸਾਨੂੰ ਉਹ ਪਰਮ ਪਿਤਾ ਪਰਮਾਤਮਾ ਦੀ ਕੀ ਭੇਟਾ ਕਰਨੀ ਚਾਹੀਦੀ ਹੈ, ਕੀ ਭੇਟਾ ਦੇਣੀ ਚਾਹੀਦੀ ਹੈ, ਸਤਿਗੁਰਾਂ ਦੇ ਕੀ ਅੱਗੇ ਰੱਖਣਾ ਚਾਹੀਦਾ। ਆਪਾਂ ਪੜ੍ਹਦੇ ਹਾਂ ਨਾ ਹਰ ਰੋਜ਼, ਫੇਰ ਕੇ ਅੱਗੇ ਰੱਖੀਐ ਜਿੱਤ ਦਿਸੈ ਦਰਬਾਰ, ਹੇ ਨਾਨਕ ਤਪਾ, ਜਦੋਂ ਜਦੋਂ ਪਰਮ ਪਿਤਾ ਪਰਮਾਤਮਾ ਦਾ ਸਾਨੂੰ ਦਰਬਾਰ ਦਿਸੇ, ਉਸਦੇ ਦਰਸ਼ਨ ਹੋਣ, ਸਾਨੂੰ ਉਸਦੇ ਕੀ ਭੇਟਾ ਕਰਨਾ ਚਾਹੀਦਾ ਹੈ। ਦੂਸਰਾ ਪ੍ਰਸ਼ਨ ਕੀਤਾ, ਮੁਹਾਉ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ, ਮੂੰਹ ਤੋਂ ਕਿਹੜੇ ਬਚਨ ਬੋਲਣੇ ਚਾਹੀਦੇ ਨੇ ਜਿਸ ਕਰਕੇ ਸਾਡਾ ਪਰਮ ਪਿਤਾ ਪਰਮਾਤਮਾ ਦੇ ਨਾਲ, ਪਰਮਾਤਮਾ ਦਾ ਸਾਡੇ ਨਾਲ ਪਿਆਰ ਪੈ ਜਾਵੇ, ਪ੍ਰੇਮ ਪੈ ਜਾਵੇ। ਸਤਿਗੁਰਾਂ ਨੇ ਸਿੱਧਾਂ ਦੇ ਪਹਿਲੇ ਪ੍ਰਸ਼ਨ ਫੇਰ ਕੇ ਅੱਗੇ ਰੱਖੀ ਹੈ ਜਿੱਤ ਦਿਸੈ ਦਰਬਾਰ ਦਾ ਜਵਾਬ ਦਿੱਤਾ, ਹੇ ਸਿੱਧੋ, ਜਦੋਂ ਜਦੋਂ ਉਹ ਪਰਮ ਪਿਤਾ ਪਰਮਾਤਮਾ ਦੇ ਸਾਨੂੰ ਦਰਸ਼ਨ ਹੋਣ, ਉਸ ਦੀ ਭੇਟਾ ਅੰਮ੍ਰਿਤ ਵੇਲਾ, ਜਿਸ ਤੋਂ ਅਸੀਂ ਅੱਜ ਕੱਲ੍ਹ ਅਜੋਕਾ ਸਮਾਂ ਕਲਯੁਗ ਦਾ ਪ੍ਰਭਾਵ ਹੈ ਅਵੇਸਲੇ ਹੁੰਦੇ ਜਾ ਰਹੇ ਹੈ।
ਬਾਬਾ ਮੋਨੀ ਜੀ ਮਹਾਰਾਜ ਆਪ ਸਰਬੱਤ ਸੰਗਤਾਂ ਨੂੰ ਪ੍ਰੇਰਦੇ ਨੇ, ਅੰਮ੍ਰਿਤ ਵੇਲੇ ਜਾਗਣ ਦੀ ਪ੍ਰੇਰਨਾ ਦਿੰਦੇ ਨੇ, ਨਾਮ ਜਪਣ ਦੀ ਪ੍ਰੇਰਨਾ ਦਿੰਦੇ ਨੇ। ਐਸੇ ਮਹਾਂਪੁਰਸ਼ਾਦ ਸਿੰਘ ਜੀ ਉਹ ਸੰਸਾਰ ਦੇ ਵਿੱਚ ਵਿਰਲੇ ਵਿਰਲੇ ਹੋਇਆ ਕਰਦੇ ਨੇ। ਸਤਿਗੁਰਾਂ ਨੇ ਸਿੱਧਾਂ ਦੇ ਪਹਿਲੇ ਪ੍ਰਸ਼ਨ ਦਾ ਜਵਾਬ ਦਿੱਤਾ, ਸਿੱਧੋ ਜਦੋਂ ਜਦੋਂ ਉਹ ਪਰਮ ਪਿਤਾ ਪਰਮਾਤਮਾ ਦੇ ਸਾਨੂੰ ਦਰਸ਼ਨ ਹੋਣ, ਉਸ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਦੀ ਭੇਟਾ ਦਿਓ। ਦੂਸਰਾ ਪ੍ਰਸ਼ਨ ਸੀ ਸਿੱਧਾਂ ਦਾ ਕਿ ਮੂੰਹ ਤੋਂ ਸਾਨੂੰ ਕਿਹੜੇ ਬਚਨ ਬੋਲਣੇ ਚਾਹੀਦੇ ਨੇ ਜਿਸ ਕਰਕੇ ਸਾਡਾ ਸਤਿਗੁਰਾਂ ਦੇ ਨਾਲ ਪਰਮ ਪਿਤਾ ਪਰਮਾਤਮਾ ਦੇ ਨਾਲ ਪਿਆਰ ਪੈ ਜਾਵੇ। ਸੱਚ ਨਾਉ ਵਡਿਆਈ ਵਿਚਾਰ, ਸੱਚੇ ਨਾਮ ਦੀ ਵਡਿਆਈ ਵਿਚਾਰ ਕਰਨੀ ਜਿਸ ਦੇ ਨਾਲ ਸਾਡਾ ਸਤਿਗੁਰਾਂ ਦੇ ਨਾਲ ਪਿਆਰ ਪੈ ਸਕਦਾ, ਪ੍ਰੇਮ ਪੈ ਸਕਦਾ। ਅਸੀਂ ਸਾਧ ਸੰਗਤ ਜੀ ਅਜੋਕਾ ਸਮਾਂ ਮੀਡੀਆ ਦਾ ਯੁੱਗ ਹੈ, ਇੰਟਰਨੈਟ ਦਾ ਯੁੱਗ ਹੈ, ਦਿਨ ਪ੍ਰਤੀ ਦਿਨ ਗੁਰਮਤ ਤੋਂ ਅੰਮ੍ਰਿਤ ਵੇਲੇ ਤੋਂ ਨਾਮ ਤੋਂ ਦੂਰ ਹੁੰਦੇ ਜਾ ਰਹੇ ਹਾਂ। ਜਿਸ ਜੀਵ ਦੇ ਕੋਲ ਨਾਮ ਦੀ ਕਣੀ ਨਹੀਂ ਉਸ ਦੇ ਨਾਲ ਤਾਂ ਕੁੱਤੇ ਹਿਰਨ ਪਸ਼ੂ ਪੰਛੀ ਆਦਿਕ ਵੀ ਚੰਗੇ ਨੇ। ਬੁੱਲੇ ਸ਼ਾਹ ਆਖਦਾ ਰਾਤੀ ਜਾਗਣ ਭਗਤ ਸਦਾਵਣ, ਰਾਤੀ ਜਾਗਣ ਕੁੱਤੇ ਤੈਥੋਂ ਉੱਤੇ, ਰੁੱਖਾ ਸੁੱਕਾ ਖਾ ਕੇ ਜਾਏ ਰੂੜੀ ਤੇ ਸੁੱਤੇ ਤੈਥੋਂ ਉੱਤੇ, ਮਾਲਕ ਦਾ ਦਰ ਕਦੇ ਨਾ ਛੱਡਦੇ ਭਾਵੇਂ ਵੱਜਣ ਜੁੱਤੇ ਤੈਥੋਂ ਉੱਤੇ, ਉੱਠ ਬੁੱਲਿਆ ਉੱਠ ਨਾਮ ਤੇ ਆਲਾ ਨਹੀਂ ਤਾਂ ਬਾਜੀ ਲੈ ਗਏ ਕੁੱਤੇ। ਤੈਥੋਂ ਤਾਂ ਕੁੱਤੇ ਵੀ ਚੰਗੇ ਨੇ, ਉੱਚੇ ਵੇਖ ਕੇ ਮਹਿਲ ਮੁਹਾਜਣਾ ਦੇ, ਆਪਣੀ ਕੁੱਲੀ ਨੂੰ ਢਾਉਣ ਦਾ ਕੀ ਫਾਇਦਾ। ਸਿੱਖ ਹੋ ਕੇ ਜੇ ਬਾਣੀ ਨੂੰ ਮੰਨਿਆ ਨਾ ਐਵੇਂ ਸਿੱਖ ਕਹਾਉਣ ਦਾ ਕੀ ਫਾਇਦਾ, ਸਾਧ ਹੋ ਕੇ ਜੇ ਮਨ ਨੂੰ ਸਾਧਿਆ ਨਾ ਐਵੇਂ ਜਟਾਂ ਵਧਾਉਣ ਦਾ ਕੀ ਫਾਇਦਾ, ਬੰਦਾ ਹੋ ਕੇ ਜੇ ਬੰਦਗੀ ਨਾ ਕੀਤੀ ਐਵੇਂ ਬੰਦਾ ਕਹਾਉਣ ਦਾ ਕੀ ਫਾਇਦਾ। ਸਾਡੀ ਤਾਂ ਸਾਸ ਦੀ ਸੋਚ ਲੰਗਰਾਂ ਤੱਕ ਹੀ ਸੀਮਤ ਹੈ, ਘਰ ਦੇ ਭੰਡਾਰਿਆਂ ਤੱਕ ਹੀ, ਪਦਾਰਥਾਂ ਤੱਕ ਹੀ ਸੀਮਤ ਹੈ। ਜੋ ਪਦਾਰਥ ਸਾਡੇ ਕਰਮਾਂ ਵਿੱਚ ਹਨ ਸਾਨੂੰ ਅਵਸ਼ ਮਿਲ ਜਾਣੇ ਨੇ, ਨਾ ਉਹ ਸਮੇਂ ਤੋਂ ਪਹਿਲਾਂ ਮਿਲਣੇ ਨੇ, ਨਾ ਸਮੇਂ ਤੋਂ ਬਾਅਦ ਮਿਲਣੇ ਨੇ, ਨਾ ਉਹ ਘੱਟ ਮਿਲਣੇ ਨੇ, ਨਾ ਉਹ ਵੱਧ ਮਿਲਣੇ ਨੇ। ਪਰ ਅਸੀਂ ਤਾਂ ਸਾਸ ਜੀ ਕਿੱਥੇ ਖੜੇ ਹਾਂ, ਦਿਨ ਕੋ ਰੋਟੀ ਰਾਤ ਕੋ ਰੋਟੀ, ਰੋਟੀ ਉੱਪਰ ਰੋਟੀ, ਰੋਟੀ ਖਾ ਕੇ ਭਜਨ ਨਾ ਕੀਤਾ ਤਾਂ ਕਿਸਮਤ ਤੇਰੀ ਖੋਟੀ। ਆਪਾਂ ਦੇਖਦੇ ਹਾਂ ਸਾਸ ਜੀ, ਤੁਸੀਂ ਕਿਤੇ ਹਸਪਤਾਲਾਂ ਵਿੱਚ ਜਾ ਕੇ ਗੇੜਾ ਮਾਰ ਕੇ ਦੇਖੋ ਕਿੰਨੀ ਦੁਨੀਆ ਹੈ ਕਰਲਾਪ ਕਰਦੀ ਹੈ, ਕਿਤੇ ਪਿੰਗਲਵਾੜੇ ਜਾ ਕੇ ਬੱਚੇ ਬੱਚੀਆਂ ਸਰੀਰ ਦੀ ਕੋਈ ਵੀ ਕਿਰਿਆ ਸਹੀ ਤਰੀਕੇ ਦੇ ਨਾਲ ਨਹੀਂ ਕਰ ਸਕਦੇ, ਆਪਣਾ ਮਲ ਮੂਤਰ ਆਪਣੇ ਸਰੀਰ ਤੇ ਹੰਢਾਉਂਦੇ ਨੇ। ਸਾਡੇ ਤੇ ਉਹ ਪਰਮ ਪਿਤਾ ਪਰਮਾਤਮਾ ਨੇ ਕਿਤਨੀ ਕਿਰਪਾ ਕੀਤੀ ਹੈ, ਸਹੀ ਖਾ ਸਕਦੇ ਹਾਂ, ਸਹੀ ਪੀ ਸਕਦੇ ਹਾਂ, ਸਹੀ ਚੱਲ ਸਕਦੇ ਹਾਂ, ਸਹੀ ਤੁਰ ਸਕਦੇ ਹਾਂ। ਜੇਕਰ ਫਿਰ ਵੀ ਪਰਮ ਪਿਤਾ ਪਰਮਾਤਮਾ ਦਾ ਨਾਮ ਨਾ ਜਪਿਆ ਤਾਂ ਐਡੋ ਮੰਦੇ ਭਾਗ ਸਾਡੇ ਹੋਰ ਹੋ ਨਹੀਂ ਸਕਦੇ। ਜਿਹਦੀ ਰਹਿਮਤ ਦਾ ਸਦਕਾ ਤੂੰ ਦੋਏ ਵੇਲੇ 36 ਪ੍ਰਕਾਰ ਦੇ ਭੋਜਨ ਖਾ ਰਿਹਾ ਏ, ਸੋਹਣੇ ਜਿਹੇ ਸੁਹਾਵਣੇ ਜਿਸਮ ਉੱਤੇ ਭਾਂਤ ਭਾਂਤ ਦੇ ਇਤਰ ਲਗਾ ਰਿਹਾ ਏ, ਜਿਹਦੀ ਬਖਸ਼ੀ ਹੋਈ ਦੌਲਤ ਨਾਲ ਬੈਂਕ ਭਰ ਕੇ ਆਲੀ ਸ਼ਾਨ ਮਹੱਲ ਬਣਾ ਰਿਹਾ ਏ, ਜਿਹਦੇ ਬਖਸ਼ੇ ਹੋਏ ਇਸਤਰੀ ਧੀਆਂ ਪੁੱਤਰ ਸੋਹਣਾ ਗ੍ਰਿਸਤ ਵਿੱਚ ਜੀਵਨ ਬਿਤਾ ਰਿਹਾ ਏ, ਕੋਮਲ ਗਾਫਲਾ ਹੋਏ 24 ਘੰਟਿਆਂ ਵਿੱਚ 24 ਮਿੰਟ ਤੇ ਉਸ ਨੂੰ ਧਿਆ ਲਿਆ ਕਰ, 24 ਨਹੀਂ 12 ਜਾਂ 6 ਹੀ ਸਹੀ, ਥੋੜੀ ਬਹੁਤ ਤੇ ਜੀਭ ਹਿਲਾ ਲਿਆ ਕਰ। ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸਤੇ ਜੋ ਕੀਨੇ ਸੋ ਲਾਭ। ਜਿੱਥੇ ਕਿਤੇ ਵੀ ਸਮਾਂ ਮਿਲਦਾ ਹੈ ਗੁਰੂ ਵਾਲੇ ਬਣੋ, ਗੁਰੂ ਵਾਲੇ ਬਣ ਕੇ ਸਾਧ ਸੰਗਤ ਜੀ ਅਜਿਹੇ ਮਹਾਂਪੁਰਸ਼ ਸਤਿਕਾਰਯੋਗ ਸੰਤ ਬਾਬਾ ਰਜਿੰਦਰ ਸਿੰਘ ਮੋਨੀ ਜੀ ਜਿਹੜੇ ਸਾਧ ਸੰਗਤ ਜੀ ਦਿਨ ਰਾਤ, ਕਿਉਂਕਿ ਆਪ ਉਸ ਮਾਰਗ ਤੇ ਚੱਲੇ ਹੋਏ ਨੇ, ਆਪ ਸਰਬੱਤ ਸੰਗਤਾਂ ਨੂੰ ਉਸ ਮਾਰਗ ਤੇ ਤੋਰਨ ਦੀ ਪ੍ਰੇਰਨਾ ਦਿੰਦੇ ਨੇ, ਅਜਿਹੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਜਪੋ ਜੁਗਤੀਆਂ ਪੁੱਛ ਕੇ ਜਪੋ ਨਾਮ, ਜਿਸ ਕਰਕੇ ਸਾਡਾ ਲੋਕ ਸੁਖੀ ਅਤੇ ਪਰਲੋਕ ਸੁਹੇਲਾ ਹੋ ਜਾਵੇ। ਇਤਨੇ ਹੀ ਬਚਨ ਪ੍ਰਵਾਨ ਕਰਨੇ ਸਾਡੇ ਬਹੁਤ ਹੀ ਸਤਿਕਾਰਯੋਗ ਬ੍ਰਹਮਲੀਨ ਸ਼੍ਰੀਮਾਨ ਸੰਤ ਮਹਾਰਾਜ ਸੰਤ ਬਾਬਾ ਦਲੇਰ ਸਿੰਘ ਜੀ, ਜਨਮ ਅਸਥਾਨ ਨਿਰਮਲ ਕੁਟੀਆ ਟੂਟੋ ਮਜਾਰਾ ਵਾਲੇ, ਉਹਨਾਂ ਦੇ ਅਨਨ ਸੇਵਕ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਦਵਿੰਦਰ ਸਿੰਘ ਜੀ ਤਰਨ ਤਾਰਨ ਸਹਾਬਪੁਰ ਵਾਲੇ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ। ਆਓ ਸਾਧ ਸਿੰਘ ਜੀ ਉਹਨਾਂ ਦੀ ਆਮਦ ਤੇ ਆਪਾਂ ਜਕਾਰਾ ਛੱਡੀਏ, ਨਾਲੇ ਫਤਿਹ ਬੁਲਾਈਏ। ਬੋਲੇ ਸੋ ਨਿਹਾ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪਰਮ ਸਤਿਕਾਰਯੋਗ ਸੰਤ ਬਾਬਾ ਬਲਵੀਰ ਸਿੰਘ ਜੀ
ਟੂਟੋ ਮਜਾਰੇ ਵਾਲੇ ਜਿਹੜੇ ਆਪ ਸੰਗਤਾਂ ਨੂੰ ਬਹੁਤ ਸੁੰਦਰ ਵਿਚਾਰਾਂ ਸ਼ਰਵਣ ਕਰਵਾ ਰਹੇ ਸਨ, ਜਿਸ ਦੇ ਬਾਰੇ ਸ਼ਾਸਤਰ ਕਹਿੰਦਾ ਹੈ, ਆਹਾਰ ਨਿਦਰਾ ਭਯ ਮੈਥੁਨਮ ਚਾ ਸਾਮਾਨਯ ਮੇਤਤ ਪਸ਼ੂ ਭੀ ਨਰਾਣਾਮ ਗਿਆਨੋ ਹੀ ਤੇਸ਼ਾਮ ਅਧਿਕੋ ਵਿਸ਼ੇਸ਼ੋ ਗਿਆਨੇ ਨਹੀਨਾ ਪਸ਼ੂ ਭੀ ਸੁਮਨ। ਆਹਾਰ ਕਹਿੰਦੇ ਹਨ ਭੋਜਨ ਨੂੰ, ਲੰਗਰ ਨੂੰ। ਸਾਧ ਸੰਗਤ ਜੀ, ਜਦੋਂ ਸਾਨੂੰ ਭੁੱਖ ਲੱਗਦੀ ਹੈ ਲੰਗਰ ਅਸੀਂ ਵੀ ਛਕਦੇ ਹਾਂ ਅਤੇ ਚਾਰਾ ਪਸ਼ੂ ਪੰਛੀ ਵੀ ਖਾਂਦੇ। ਜਿਸ ਤਰ੍ਹਾਂ ਸੰਤਾਨ ਉਤਪੰਨ ਮਨੁੱਖ ਵੀ ਕਰਦਾ ਹੈ ਅਤੇ ਸੰਤਾਨ ਉਤਪੰਨ ਪਸ਼ੂ ਪੰਛੀ ਜਾਨਵਰ ਵੀ ਕਰਦੇ ਹਨ, ਜਦੋਂ ਦਿਨ ਦੇ ਕੰਮ ਕਾਰ ਕਰਦੇ ਹਾਂ ਅਸੀਂ ਥੱਕ ਜਾਂਦੇ ਹਾਂ, ਨਿੰਦਰਾ ਸਾਨੂੰ ਵੀ ਆਉਂਦੀ ਹੈ ਅਤੇ ਨੀਂਦ ਪਸ਼ੂ ਪੰਛੀਆਂ ਜਾਨਵਰਾਂ ਨੂੰ ਵੀ ਆਉਂਦੀ। ਫਿਰ ਕਹਿੰਦੇ ਮਨੁੱਖ ਦੇ ਵਿੱਚ ਅਤੇ ਪਸ਼ੂ ਪੰਛੀਆਂ ਦੇ ਵਿੱਚ ਫਰਕ ਕੀ ਰਿਹਾ? ਕਹਿੰਦੇ ਗਿਆਨੋ ਹੀ ਤੇਸ਼ਾਮ ਅਧਿਕੋ ਵਿਸ਼ੇਸ਼ੋ। ਇਸ ਮਨੁੱਖ ਦੇ ਅੰਦਰ ਗਿਆਨ ਦੀ ਵਿਸ਼ੇਸ਼ਤਾ ਹੈ ਕਿ ਇਹ ਮਨੁੱਖ ਗਿਆਨ ਨੂੰ ਪ੍ਰਾਪਤ ਕਰਕੇ ਆਪਣੇ ਨਿੱਜ ਸਰੂਪ ਨੂੰ ਪ੍ਰਾਪਤ ਕਰਕੇ ਜਨਮ ਮਰਨ ਦੇ ਚੱਕਰ ਤੋਂ ਛੁੱਟ ਸਕਦਾ ਹੈ, ਜਿਹੜੀ ਪਸ਼ੂ ਪੰਛੀਆਂ ਨੂੰ ਪ੍ਰਾਪਤੀ ਨਹੀਂ ਹੈ। ਸੋ ਸੰਤਾਂ ਦਾ ਬਹੁਤ ਬਹੁਤ ਹੈ ਦਿਲੋਂ ਧੰਨਵਾਦ ਹੈ। ਹੁਣ ਮੈਂ ਬੇਨਤੀ ਕਰਾਂ ਪਰਮ ਸਤਿਕਾਰਯੋਗ ਸੰਤ ਬਾਬਾ ਰਣਜੀਤ ਸਿੰਘ ਜੀ ਬਾਹੋਵਾਲ ਵਾਲੇ 5 ਮਿੰਟ ਵਾਸਤੇ ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਨਗੇ ਅਤੇ ਸਾਨੂੰ ਦਰਸ਼ਨ ਦੇ ਕੇ ਕਿਰਤਾਰਥ ਕਰ ਰਹੇ ਹਨ। ਪਰਮ ਸਤਿਕਾਰਯੋਗ ਸੰਤ ਬਾਬਾ ਦਵਿੰਦਰ ਸਿੰਘ ਜੀ ਸ਼ਾਹਪੁਰ ਵਾਲੇ, ਪਰਮ ਸਤਿਕਾਰਯੋਗ ਸਵਾਮੀ ਮਹੇਸ਼ਪੁਰੀ ਜੀ, ਪਰਮ ਸਤਿਕਾਰਯੋਗ ਸਵਾਮੀ ਸ਼ਿਵਾਨੰਦ ਜੀ ਬਣ ਮੰਦਰ, ਮਹਾਂਪੁਰਸ਼ਾਂ ਦਾ ਬਹੁਤ ਬਹੁਤ ਹੈ ਦਿਲੋਂ ਧੰਨਵਾਦ ਹੈ। ਹੁਣ ਪਰਮ ਸਤਿਕਾਰਯੋਗ ਸੰਤ ਬਾਬਾ ਰਣਜੀਤ ਸਿੰਘ ਜੀ ਬਾਹੋਵਾਲ ਵਾਲੇ।